ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਹਜ਼ੂਰ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਪਾਤਸ਼ਾਹ ਦੇ ਪਾਵਨਕ ਇਤਿਹਾਸਕ ਅਸਥਾਨਾਂ ਦੀ ਯਾਤਰਾ ਦਰਸ਼ਨ ਦੀਦਾਰੇ ਕਰਕੇ ਲਾਭ ਲੈ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਲੜੀਵਾਰ ਜੋ ਕਥਾ ਦਾ ਉਪਦੇਸ਼ ਸਾਨੂੰ ਬਖਸ਼ ਰਹੇ ਹਨ, ਆ ਮਹਾਰਾਜ ਦੀ ਸਿੱਖਿਆ ਗੁਰੂ ਗਰੀਬ ਨਿਵਾਜ ਦਾ ਉਪਦੇਸ਼ ਸਰਵਣ ਕਰੀਏ। ਇਕਾਗਰਤਾ ਬਖਸ਼ੋ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ, ਵਿਸਰ ਨਾਹੀ ਏ ਵੱਡ ਦਾਤੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਅੰਗ ਹੈ 100। 100 ਅੰਗ ਦੇ ਉੱਤੇ ਮਾਝ ਰਾਗ ਦੇ ਵਿੱਚ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੁਭਾਏ ਮਾਨ ਹੈ ਜੋ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਮਾਝ ਮਹੱਲਾ ਪੰਜਵਾ, ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਵਿਸਰ ਨਾਹੀ ਏ ਵੱਡ ਦਾਤੇ, ਮਹਾਰਾਜ ਕਹਿੰਦੇ ਹੇ ਵਾਹਿਗੁਰੂ ਤੂੰ ਏਡਾ ਵੱਡਾ ਦਾਤਾ ਹੈ, ਫਿਰ ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਜਿੰਨੀ ਵੀ ਤਮਾ ਖਾਹਿਸ਼ ਨਹੀਂ ਹੈ ਤੈਨੂੰ ਕੋਈ ਸਾਡੇ ਪ੍ਰਤੀ। ਏ ਵੱਡ ਦਾਤੇ, ਏਡੇ ਵੱਡੇ ਸਮਰੱਥ ਦਾਤੇ, ਭਾਵ ਬੇਅੰਤ ਦਾਤਾਂ ਦੇ ਦੇਣ ਵਾਲੇ, ਸਭ ਜਗਤ ਦੇ ਸਿਰਜਣਹਾਰ, ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਕਰਨ ਵਾਲੇ ਏਡੇ ਵੱਡੇ ਦਾਤੇ ਜੀ, ਉਹ ਵਿਸਰ ਨਾਹੀ, ਕਿਰਪਾ ਕਰੋ ਆਪ ਸਾਨੂੰ ਵਿਸਰੋ ਨਾ, ਸਾਨੂੰ ਤੁਹਾਡਾ ਸਦਾ ਹੀ ਮਹਾਰਾਜ ਚੇਤਾ ਰਹੇ, ਸਾਡੇ ਦਿਲ ਦੇ ਵਿੱਚ ਸਦਾ ਤੁਹਾਡੀ ਯਾਦ ਵਸੀ ਰਹੇ, ਏਡੇ ਵੱਡੇ ਦਾਤੇ ਨੂੰ ਨਾ ਭੁਲਾਈਏ ਅਸੀਂ। ਕਰ ਕਿਰਪਾ ਭਗਤਨ ਸੰਗ ਰਾਤੇ, ਕਰ ਕਿਰਪਾ ਮਹਾਰਾਜ ਤੁਸੀਂ ਕਿਰਪਾ ਕਰਨ ਵਾਲੇ ਹੋ ਸਦਾਈ, ਤੇ ਸਾਡੇ ਤੇ ਵੀ ਕਿਰਪਾ ਕਰੋ, ਭਗਤਨ ਸੰਗ ਰਾਤੇ, ਆਪਣੇ ਭਗਤੀ ਕਰਨ ਵਾਲੇ ਭਗਤਾਂ ਦੇ ਨਾਲ ਤੁਸੀਂ ਰਾਤੇ ਰੰਗੇ ਹੋਏ ਹੋ, ਇਹ ਰਹਿਮਤ ਕਰੋ ਵੀ ਪਾਤਸ਼ਾਹ ਸੀ ਵੀ ਤੇਰੇ ਭਗਤਾਂ ਦੇ ਨਾਲ ਹੀ ਮਿਲ ਕੇ ਤੇਰੇ ਨਾਮ ਰੰਗ ਪ੍ਰੇਮ ਰੰਗ ਵਿੱਚ ਹੀ ਰੰਗੇ ਜਾਈਏ। ਇੱਥੇ ਸਤਿਗੁਰਾਂ ਨੇ ਇਹ ਦੋ ਬਚਨ ਸਪਸ਼ਟ ਕਰਤੇ, ਇੱਕ ਕਿ ਪਰਮੇਸ਼ਰ ਵਰਗਾ ਵੱਡਾ ਹੋਰ ਕੋਈ ਨਹੀਂ ਹੈ ਦਾਤਾ, ਅਤੇ ਐਡਾ ਵੱਡਾ ਹੁੰਦਿਆਂ ਵੀ ਉਹ ਆਪਣੇ ਭਗਤਾਂ ਨਾਲ ਹੀ ਰਚਿਆ ਮਿਚਿਆ ਰਹਿੰਦਾ ਹੈ, ਹਰ ਸਮੇਂ ਆਪਣੇ ਭਗਤਾਂ ਦੇ ਨਾਲ ਮਿਲਿਆ ਰਹਿੰਦਾ ਹੈ,
ਤੇ ਪਾਤਸ਼ਾਹ ਜੀ ਤੁਸੀਂ ਭਗਤਾਂ ਦੇ ਨਾਲ ਰੱਤੇ ਹੋਏ ਹੋ, ਸਾਡੇ 'ਤੇ ਵੀ ਕਿਰਪਾ ਕਰਨੀ ਕਰੋ। ਜਾਂ ਦੂਜੇ ਭਾਵ ਵਿੱਚ, ਮਹਾਰਾਜ ਇਹ ਕਿਰਪਾ ਕਰ ਵੀ ਅਸੀਂ ਵੀ ਤੇਰੇ ਭਗਤਾਂ ਨਾਲ ਹੀ ਰਚ ਮਿਚ ਜਾਈਏ, ਉਹਨਾਂ ਦੀ ਸੰਗਤ ਕਰਦੇ ਹਾਂ, ਅਸੀਂ ਵੀ ਤੇਰੀ ਪ੍ਰਾਪਤੀ ਵਾਲੇ ਬਣ ਜਾਈਏ। ਦਿਨ ਸਰੈਣ ਜਿਉਂ ਤੁਧ ਧਿਆਈ। ਪਾਤਸ਼ਾਹ ਫਿਰ ਦਿਨ ਤੇ ਰਾਤ ਹਰ ਸਮੇਂ ਜਿਵੇਂ ਜਿਸ ਪ੍ਰਕਾਰ ਅਸੀਂ ਤੈਨੂੰ ਧਿਆਉਂਦੇ ਰਹੀਏ, ਤੇਰਾ ਚੇਤਾ ਰੱਖੀਏ, ਸਿਮਰਨ ਕਰੀਏ। ਇਹੋ ਦਾਨ ਮੋਹੇ ਕਰਣਾ ਜੀਓ। ਮਹਾਰਾਜ ਇਹੀ ਮੈਨੂੰ ਦਾਨ ਤੁਸੀਂ ਕਰਨਾ ਕਰੋ ਜੀ, ਦਾਨ ਹੀ ਕਰਦੇ ਹੋ। ਦਾਨ ਉਹ ਚੀਜ਼ ਹੁੰਦੀ ਹੈ ਜਿਹਦਾ ਅਸੀਂ ਕੋਈ ਮੁੱਲ ਨਾ ਤਾਰ ਸਕੀਏ ਤੇ ਆਖੀਦਾ ਵੀ ਸਾਨੂੰ ਦਾਨ ਹੀ ਦੇ ਦਿਓ, ਹੁਣ ਇਹ ਸਾਨੂੰ ਮਹਾਰਾਜ ਦੇ ਹੀ ਦਿਓ ਪੱਕਾ। ਇਸੇ ਪ੍ਰਕਾਰ ਅਸੀਂ ਵਾਹਿਗੁਰੂ ਜੀ ਆਪ ਜੀ ਨੂੰ ਕੋਈ ਮੁੱਲ ਨਹੀਂ ਤਾਰ ਸਕਦੇ, ਸਾਡੇ ਕੋਈ ਸਾਧਨ ਨਹੀਂ ਹਨ, ਸਾਡੇ ਕੋਈ ਨੇਕ ਬਹੁਤ ਚੰਗੇ ਗੁਣ ਨਹੀਂ ਹਨ, ਕੋਈ ਬਹੁਤ ਹੀ ਮਹਾਰਾਜ ਸਾਡੀ ਕਰਨੀ ਕਮਾਈ ਨਹੀਂ ਜਿਹੜਾ ਤੈਨੂੰ ਕੁਝ ਮੁੱਲ ਦੇ ਕੇ ਮੰਗੀਏ। ਕਿਰਪਾ ਕਰਕੇ ਮੈਨੂੰ ਇਹ ਦਾਨ ਕਰ ਦਿਓ, ਇਹ ਮੇਰੇ 'ਤੇ ਮਹਾਰਾਜ ਬਖਸ਼ਿਸ਼ ਹੀ ਕਰ ਦਿਓ ਜੀ। ਰਾਤ ਦਿਨ ਤੈਨੂੰ ਧਿਆਉਂਦੇ ਰਹੀਏ, ਤੇਰਾ ਸਿਮਰਨ ਕਰੀਏ। ਮਾਟੀ ਅੰਧੇ ਸੁਰਤ ਸਮਾਈ। ਫਿਰ ਉਹ ਪਰਮੇਸ਼ਰ ਨੂੰ ਵੱਡਾ ਕਿਹਾ ਸੀ ਨਾ, ਹੁਣ ਉਹਦੇ ਵਿੱਚੋਂ ਕੁਝ ਕੁ ਦੱਸਦੇ ਆ ਵੀ ਉਹਦੀਆਂ ਵਡਿਆਈਆਂ ਕੀ ਹਨ। ਕਹਿੰਦੇ ਮਾਟੀ ਅੰਧੀ, ਇਹ ਮਹਾਰਾਜ ਜਿਹੜੀ ਇਹ ਮਾਟੀ ਹੈ ਨਾ, ਮਿੱਟੀ, ਇਹ ਤੋਂ ਭਾਵ ਅਰਥ ਹੈ ਸਰੀਰ, ਜੋ ਮਿੱਟੀ ਆਦਿਕ ਪੰਜ ਤੱਤਾਂ ਤੋਂ ਬਣੀ ਸਾਡੀ ਦੇਹ ਹੈ, ਇਹ ਅੰਧੀ ਹੈ। ਅੰਧੀ ਤੋਂ ਭਾਵ ਕੀ ਹੈ? ਜੜ ਹੈ। ਇਹਦੇ ਵਿੱਚ ਆਪਣੇ ਆਪ ਤਾਂ ਨਹੀਂ ਕੋਈ ਤਾਕਤ ਹੈ ਵੀ ਇਹ ਸਰੀਰ ਕੁਝ ਆਪੇ ਕੁਝ ਕਰ ਸਕੇ, ਕੁਝ ਬੋਲ ਖਾ ਪੀ ਚੱਲ ਸਕੇ। ਇਹ ਅੰਨੀ ਮਿੱਟੀ ਹੈ, ਇਹ ਜੜ ਸਰੀਰ ਹੈ। ਸੁਰਤ ਸਮਾਈ, ਇਹਦੇ ਵਿੱਚ ਆਪ ਜੀ ਦੀ ਸੁਰਤ ਕੀ ਹੈ? ਗਿਆਤ ਸਮਾਈ ਹੋਈ ਹੈ, ਭਾਵ ਕਿ ਇਹਦੇ ਵਿੱਚ ਤੁਸੀਂ ਆਪਣੀ ਜੋਤ ਸਮਾ ਦਿੱਤੀ ਹੈ। ਉਸ ਜੋਤ ਦਾ ਸਦਕਾ ਅੱਖਾਂ ਵੇਖਦੀਆਂ ਨੇ, ਵਾਕ ਇੰਦਰਾ ਬੋਲਦਾ ਹੈ, ਕੰਨ ਸੁਣਦੇ ਨੇ, ਹੱਥ ਪਕੜਦੇ ਨੇ, ਪੈਰ ਚੱਲਦੇ ਹਨ। ਹੈ ਤਾਂ ਅੰਧੀ ਮਿੱਟੀ ਹੈ, ਭਾਵ ਕਿ ਸਰੀਰ ਜੜ ਹੈ, ਇਹਦੇ ਵਿੱਚ ਆਪਣੀ ਤੁਸੀਂ ਚੇਤਨਤਾ ਸਮਾਈ ਹੋਈ ਹੈ, ਆਪਣੀ ਗਿਆਤ, ਆਪਣੀ ਜੋਤ ਪਾ ਕੇ ਇਸ ਨੂੰ ਤੁਰਨ ਜੋਗਾ, ਚੱਲਣ ਜੋਗਾ ਕੀਤਾ ਹੈ। ਸਭ ਕਿਸ਼ ਦੀਆ ਭਲੀਆ ਜਾਏ। ਫਿਰ ਹੈ ਮਹਾਰਾਜ, ਇਹ ਜੋ ਆਪ ਜੀ ਨੇ ਅੰਧੀ ਮਿੱਟੀ ਜੋ ਜੜ ਸਰੀਰ ਦੇ ਵਿੱਚ ਗਿਆਤ ਪਾਈ ਹੈ, ਸਭ ਕਿਸ਼ ਦੀਆ, ਇਹਦੀ ਵਰਤੋਂ ਵਾਸਤੇ ਸਭ ਪਦਾਰਥ ਦਿੱਤੇ ਹਨ, ਹਰ ਇੱਕ ਤਰ੍ਹਾਂ ਦੀ ਖਾਣ ਪਹਿਨਣ ਵਾਲੀਆਂ ਵਸਤੂਆਂ ਦਿੱਤੀਆਂ ਹਨ। ਕਲੀਆਂ ਵਸਤੂਆਂ ਹੀ ਨਹੀਂ ਦਿੱਤੀਆਂ, ਭਲੀਆ ਜਾਈ, ਭਲੀਆਂ ਜਗ੍ਹਾ, ਭਲੇ ਅਸਥਾਨ ਦਿੱਤੇ ਹਨ ਮਹਾਰਾਜ ਸਾਹਿਬ ਜੀ ਰਹਿਣ ਵਾਸਤੇ। ਸਾਧ ਸੰਗਤ ਆਦਿਕ ਭਲੇ ਥਾਂ ਵੀ ਇਸ ਸਰੀਰ ਦੇ ਰਹਿਣ ਵਾਸਤੇ ਆਪ ਜੀ ਨੇ ਦਿੱਤੇ ਹੋਏ ਹਨ। ਭਾਵ ਇਹਦੇ ਵਿੱਚ ਇਹ ਜਣਾਤਾ ਵੀ ਮਤਾ ਪਿਆਰਿਆ, ਤੂੰ ਐਵੇਂ ਕਿਤੇ ਆਖੇ ਵੀ ਮੇਰਾ ਸਰੀਰ ਹੈ, ਜਿਵੇਂ ਮਨ ਵਿੱਚ ਮਾਨ ਆ ਜਾਵੇ ਵੀ ਮੇਰੀ ਦੇਹ ਹੈ। ਕਹਿੰਦੇ ਵੀ ਤੇਰੀ ਦੇਹ ਆਪਣੇ ਆਪ ਕੁਝ ਨਹੀਂ ਕਰਦੇ, ਇਹ ਤਾਂ ਮਿੱਟੀ ਹੈ, ਇਹ ਤਾਂ ਜੜ ਹੈ ਦੇਹੀ, ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਇਹਦੇ ਵਿੱਚ ਜੋਤ ਹੈ। ਨਹੀਂ ਤਾਂ ਸਰੀਰ ਤਾਂ ਪੰਜਾਂ ਤੱਤਾਂ ਦਾ ਬਣਿਆ, ਉਦੋਂ ਵੀ ਪਿਆ ਹੁੰਦਾ ਜਦੋਂ ਜੋਤ ਖਿੱਚ ਲੈਂਦਾ, ਅਤੇ ਜੇ ਕੁਝ ਬੰਦੇ ਦਾ ਹੀ ਆਪਣਾ ਹੋਵੇ ਫਿਰ ਉਸ ਵੇਲੇ ਕੁਝ ਕਰ ਕਿਉਂ ਨਹੀਂ ਸਕਦਾ? ਫਿਰ ਤਾਂ ਅੰਗ ਵੀ ਨਹੀਂ ਹਿੱਲਦਾ, ਅੱਖ ਵੀ ਝਮਕ ਨਹੀਂ ਸਕਦਾ ਇੱਕਦਮ, ਜਦੋਂ ਵਾਹਿਗੁਰੂ ਆਪਣੀ ਜੋਤ ਸਰੀਰ 'ਚੋਂ ਖਿੱਚ ਲੈਂਦਾ ਹੈ।
ਸਾਇੰਸ ਨੂੰ ਕੁਝ ਸਮਝਣ ਵਾਲੇ ਸਾਇੰਸ ਦਾ ਬਹਾਨਾ ਬਣਾ ਕੇ ਨਾਸਤਿਕ ਲੋਕ ਧਰਮ ਨੂੰ ਭੰਡਦੇ ਨੇ, ਪਰ ਅਸਲ ਵਿੱਚ ਸਾਇੰਸ ਅਤੇ ਧਰਮ ਇਹ ਹੈ ਤਾਂ ਕੁਝ ਵੱਖਰਾ ਨਹੀਂ, ਪਰ ਜੇ ਉਹ ਹਉਮੈ ਕਰਨ ਫਿਰ ਜੇ ਹਉਮੈ ਕਰਨ ਤਾਂ ਫਿਰ ਜਦੋਂ ਸਰੀਰ 'ਚੋਂ ਸਵਾਸ ਨਿਕਲ ਜਾਂਦੇ ਫਿਰ ਇਹ 'ਚ ਪਾਉਂਦੇ ਕਿਉਂ ਨਹੀਂ ਹੈ, ਫਿਰ ਇਹ ਜੀਵ ਦਾ ਸੰਸਕਾਰ ਕਿਉਂ ਕਰਨਾ ਪੈਂਦਾ, ਇਹਦੀ ਦੇਹੀ ਸਾਂਭਣੀ ਕਿਉਂ ਪੈਂਦੀ ਕਿਸੇ ਢੰਗ ਦੇ ਨਾਲ, ਕੋਈ ਦੱਬਦਾ ਹੈ, ਕੋਈ ਪਾਣੀ 'ਚ ਰੋੜਦਾ, ਕੋਈ ਲੱਕੜਾਂ ਦੇ ਨਾਲ ਸੰਸਕਾਰ ਕਰਦਾ, ਢੰਗ ਕੋਈ ਵੀ ਹੋਵੇ, ਵੀ ਜੇ ਐਡੇ ਹੀ ਵੱਡੇ ਹੋ ਗਏ ਨੇ ਹੁਣ ਉਹ ਤਾਂ ਫਿਰ ਜਦੋਂ ਸਵਾਸ ਪਰਮੇਸ਼ੁਰ ਖਿੱਚ ਲੈਂਦਾ ਹੈ ਉਸ ਵੇਲੇ ਫਿਰ ਇਸ ਦੇਹੀ ਨੂੰ ਚੱਲਣ ਜੋਗਾ ਕਿਉਂ ਨਹੀਂ ਕਰਦੇ। ਉਹਦਾ ਕਾਰਨ ਇਹ ਹੈ ਵੀ ਇਹ ਗਿਆਤ, ਇਹ ਸੁਰਤ, ਇਹ ਜੋਤ ਸਿਰਫ ਸਾਧ ਸੰਗਤ ਪਰਮੇਸ਼ੁਰ ਅਕਾਲ ਪੁਰਖ ਹੀ ਪਾ ਸਕਦਾ ਹੈ, ਉੱਦਾਂ ਉਸ ਤੋਂ ਬਗੈਰ ਇਹ ਸਰੀਰ ਜੜ ਹੈ, ਸਰੀਰ ਮਿੱਟੀ ਹੈ, ਸਰੀਰ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਹੈ, ਖਾਣ ਪਹਿਨਣ ਭੋਗਣ ਦੇ ਲਈ ਵੀ ਸਭ ਕੁਝ ਪਰਮੇਸ਼ੁਰ ਨੇ ਦਿੱਤਾ ਹੋਇਆ ਹੈ, ਜਗ੍ਹਾ ਥਾਂ ਰਹਿਣ ਵਾਸਤੇ ਵੀ ਸਾਰੀਆਂ ਪਰਮੇਸ਼ੁਰ ਨੇ ਸਾਨੂੰ ਦਿੱਤੀਆਂ ਹੋਈਆਂ ਨੇ, ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ। ਆਨੰਦ ਵਿਨੋਦ ਚੋਜ ਤਮਾਸੇ, ਫਿਰ ਆਨੰਦ ਵਿਨੋਦ ਇਹ ਗਿਆਤ ਵਾਲਾ ਜਿਹੜਾ ਸਰੀਰ ਹੈ ਨਾ ਜਿਹ 'ਚ ਜੋਤ ਪਾਈ ਹੈ ਪਰਮੇਸ਼ੁਰ ਨੇ, ਇਸ ਸਰੀਰ ਦੇ ਆਰੇ ਲੱਗਣ ਦੇ ਲਈ ਕਰਾਂ ਕਈ ਤਰ੍ਹਾਂ ਦੀਆਂ ਖੇਡਾਂ ਰਚੀਆਂ ਹਨ, ਆਨੰਦ ਵਿਨੋਦ ਆਨੰਦਦਾਇਕ ਕਹਿੰਦੇ ਵੀ ਕਈ ਤਰ੍ਹਾਂ ਦੇ ਕੌਤਕ ਰਚੇ ਹਨ ਸਰੀਰ ਦੇ ਪਰਚਾਵੇ ਦੇ ਲਈ, ਮਨੋ ਪਰਚਾਵੇ ਵਾਸਤੇ, ਅਤੇ ਫਿਰ ਚੋਜ ਤਮਾਸ਼ੇ ਕਈ ਤਰ੍ਹਾਂ ਦੇ ਚੋਜ ਅਤੇ ਤਮਾਸ਼ੇ ਬਣਾਏ ਹੋਏ ਹਨ, ਮੌਜ ਬਹਾਰਾਂ ਬਣਾਈਆਂ ਹਨ ਸਰੀਰ ਵਾਸਤੇ, ਤੁਧ ਭਾਵੈ ਸੋ ਹੋਣਾ ਜੀਓ, ਭਾਵੇਂ ਰਚਨਾ ਤਾਂ ਕਈ ਤਰ੍ਹਾਂ ਦੀ ਕੀਤੀ ਹੈ ਮੌਜ ਬਹਾਰਾਂ ਰੰਗ ਤਮਾਸ਼ੇ, ਪਰ ਹੇ ਮਹਾਰਾਜ ਸਾਹਿਬ ਫਿਰ ਵੀ ਜੀਵ ਜਿਹੜਾ ਹੈ ਨਾ ਕੋਈ ਆਪੋ ਨਹੀਂ ਕਰ ਸਕਦਾ, ਕਿਉਂ ਜੋ ਤੈਨੂੰ ਭਾਉਂਦਾ ਜੋ ਤੈਨੂੰ ਚੰਗਾ ਲੱਗਦਾ ਹੋਣਾ ਉਹੀ ਹੈ ਅਖੀਰ, ਜਾਂ ਆਨੰਦ ਵਿਨੋਦ ਹੇ ਆਨੰਦਦਾਇਕ ਵਿਨੋਦ ਕੌਤਕਾਂ ਦੇ ਕਰਨ ਵਾਲੇ ਪਰਮੇਸ਼ੁਰ ਅਕਾਲ ਪੁਰਖ ਜੀਓ, ਆਪ ਜੀ ਨੇ ਅਨੇਕਾਂ ਤਰ੍ਹਾਂ ਦੇ ਚੋਜ ਅਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਤਮਾਸ਼ੇ ਹਨ ਇਹ ਸੰਸਾਰ ਦੇ ਵਿੱਚ ਜੀਵਾਂ ਦੇ ਮਨ ਪਰਚਾਵੇ ਦੇ ਲਈ ਰਚਨਾ ਕੀਤੇ ਨੇ, ਭਾਵੇਂ ਜੀਵ ਇਹਨਾਂ ਤਮਾਸ਼ਿਆਂ 'ਚ ਪਦਾਰਥਾਂ 'ਚ ਸਰੀਰਾਂ 'ਚ ਲੱਗੇ ਰਹਿੰਦੇ ਹਨ, ਪਰ ਸਫਲ ਉਹੀ ਆ ਜਿਹੜਾ ਆਪ ਜੀ ਨੂੰ ਮਹਾਰਾਜ ਭਾਉਂਦਾ ਹੈ, ਤੁਧ ਭਾਵੈ ਸੋ ਹੋਣਾ ਜੀਓ, ਜੋ ਤੈਨੂੰ ਭਾ ਜਾਵੇ ਹੋ ਕੇ ਉਹੀ ਰਹਿੰਦਾ ਹੈ ਉਹੀ ਹੋਣਾ ਹੈ ਜੀ, ਜਿਸ ਦਾ ਦਿੱਤਾ ਸਭ ਕੁਛ ਲੈਣਾ, ਜਿਸ ਦਾ ਦਿੱਤਾ ਸਭ ਕੁਛ ਲੈਣਾ, ਜਿਸ ਆਪ ਜੀ ਦਾ ਮਹਾਰਾਜ ਦਿੱਤਾ ਹੋਇਆ ਪਦਾਰਥ ਸਭ ਕੁਝ ਅਸੀਂ ਜੀਵਾਂ ਨੇ ਲੈਣਾ ਕੀਤਾ ਹੈ, ਜਾਂ ਸਾਨੂੰ ਸਮਝਾਉਣ ਲਈ ਕਹਿੰਦੇ ਹੈ ਇਹ ਪਾਈਏ ਜੀਵ ਵੇਖ ਜਿਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੀ ਅਸੀਂ ਲੈਣਾ ਕੀਤਾ ਹੈ ਜੀਵਾਂ ਨੇ ਸਭ ਕੁਝ, ਉਹਦਾ ਦਿੱਤਾ ਹੋਇਆ ਹੀ ਸਭ ਜੀਵਾਂ ਨੇ ਲੈਣਾ ਹੈ। ਛੱਤੀ ਅੰਮ੍ਰਿਤ ਭੋਜਨ ਖਾਣਾ, ਅਤੇ 36 ਪ੍ਰਕਾਰ ਦੇ ਅੰਮ੍ਰਿਤ ਵਰਗੇ ਭੋਜਨਾਂ ਨੂੰ ਅਸੀਂ ਖਾਣਾ ਕਰਦੇ ਹਾਂ, ਕਿਉਂਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜਨਮ ਦਿੱਤਾ ਹੈ, ਜਿਸ ਪਰਮੇਸ਼ਰ ਨੇ ਪੰਜਾਂ ਤਿੱਤਾਂ ਨੂੰ ਮੇਲ ਕੇ ਸਾਡੀ ਦੇਹੀ ਬਣਾਈ ਹੈ, ਜਿਸ ਨੇ ਆਪਣੀ ਇਹਦੇ ਵਿੱਚ ਜੋਤ ਗਿਆਤ ਪਾਈ ਹੈ,
ਉਸੇ ਦਾ ਦਿੱਤਾ ਹੋਇਆ ਹੀ ਸਭ ਕੁਝ ਪਦਾਰਥ ਅਸੀਂ ਲੈ ਰਹੇ ਹਾਂ। ਇਹ ਭੁਲੇਖਾ ਜਿਹਾ ਹੀ ਹੁੰਦਾ ਵੀ ਮੈਂ ਕਮਾਈ ਕਰਦਾ, ਮੈਂ ਆਹ ਕਰਦਾ, ਉਹ ਜੇ ਕਮਾਈ ਜੋਗਾ ਹੀ ਨਾ ਕਰੇ ਫਿਰ ਕਿੱਥੋਂ ਕਮਾਈ ਕਰ ਲਊਗਾ। ਜੇ ਕੋਈ ਜ਼ਮੀਨ ਧਰਤੀ ਵਿੱਚ ਫਸਲ, ਕਈ ਕਹਿੰਦੇ ਵੀ ਅਸੀਂ ਤਾਂ ਬੀਜਦੇ ਹਾਂ ਜੋ ਜੀ ਉਹੀ ਖਾਂਦੇ ਹਾਂ, ਉਹ ਜੇ ਉੱਗਣ ਹੀ ਨਾ ਦਊਗਾ ਫਿਰ ਕਿੱਥੇ ਉਗਾ ਲਓਗੇ। ਕਰਦਾ ਤਾਂ ਸਭ ਕੁਝ ਪਰਮੇਸ਼ਰ ਹੀ ਹੈ। ਕਹਿੰਦੇ ਵੀ ਜਿਸ ਦਾ ਦਿੱਤਾ ਖਾਮਣਾ ਤਿਸ ਕਹੀਐ ਸਾਬਾਸ, ਜਿਸ ਵਾਹਿਗੁਰੂ ਦਾ ਦਿੱਤਾ ਖਾਨੇ ਸਦਾ ਹੀ ਉਹਨੂੰ ਸਾਬਾਸ ਕਹੀਏ, ਉਹਦੀ ਸਿਫਤ ਕਰਿਆ ਕਰੀਏ। ਅਤੇ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੀ ਸਭ ਪਦਾਰਥ ਅਸੀਂ ਲੈਣਾ ਕੀਤਾ ਜਾਂ ਲੈਣਾ ਕਰਦੇ ਹਾਂ। 36 ਤਰ੍ਹਾਂ ਦੇ ਭਾਵ ਕਿ ਅਨੇਕਾਂ ਪ੍ਰਕਾਰ ਦੇ ਅੰਮ੍ਰਿਤ ਵਰਗੇ ਭੋਜਨਾਂ ਨੂੰ ਖਾਂਦੇ ਹਾਂ। ਸੇਜ ਸੁਖਾਲੀ ਸੀਤਲ ਪਵਣਾ, ਅਤੇ ਫਿਰ ਸੇਜ ਸੁਖਾਲੀ ਸੁਖ ਦੇ ਦੇਣ ਵਾਲੀ ਸੇਜਾ ਮਾਣਦੇ ਹਾਂ, ਜਿਸ ਵਾਹਿਗੁਰੂ ਦੀਆਂ ਦਿੱਤੀਆਂ ਸੇਜਾ ਨੇ। ਸੀਤਲ ਠੰਡੀ ਪਵਣਾ ਹਵਾ, ਗਰਮੀ ਵਿੱਚ ਠੰਡੀਆਂ ਹਵਾਵਾਂ, ਜਾਂ ਸੀਤਲ ਪਵਣਾ ਤੋਂ ਭਾਵ ਸੁਖਦਾਈ ਹਵਾ, ਕਿਉਂਕਿ ਹਵਾ ਨਾਲ ਹੀ ਸਵਾਸ ਆਉਂਦੇ ਨੇ ਨਾ। ਇਹ ਪਵਨ, ਇਹ ਸਵਾਸ, ਇਹ ਸੁਖਦਾਈ ਸੇਜਾ ਜਿਹਦੀਆਂ ਦਿੱਤੀਆਂ ਮਾਣਦੇ ਹਾਂ। ਸਹਿਜ ਕੇਲ ਰੰਗ ਕਰਣਾ ਜੀਓ, ਅਤੇ ਫਿਰ ਸਹਿਜ ਦਾ ਅਰਥ ਇੱਥੇ ਆ ਸੁੱਤੇ ਹੀ, ਸੁੱਤੇ ਸੁਭਾਵਕ ਕੀ ਰੰਗ ਕੀ ਹੈ ਆਨੰਦਦਾਇਕ, ਕੇਲ ਕੀ ਹੈ ਖੇਲਾਂ ਨੂੰ ਅਸੀਂ ਕਰਨਾ ਕਰਦੇ ਹਾਂ ਜੀ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਜਿਸ ਵਾਹਿਗੁਰੂ ਦੇ ਬਖਸ਼ੇ ਹੋਏ 36 ਅੰਮ੍ਰਿਤ ਭੋਜਨ ਖਾਣਾ, ਪਰਮੇਸ਼ਰ ਦਾ ਜੋ ਨਾਮ ਹੈ ਸਰਵਣ ਮੰਨਣ ਨਿਰਧਿਆਸਨ, ਇਹੀ 36 ਤਰ੍ਹਾਂ ਦੇ ਕਹਿੰਦੇ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਭੋਜਨ ਪਦਾਰਥਾਂ ਦੀ ਨਿਆਈ ਹੈ। ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਹੈ, ਅਤੇ ਪਰਮੇਸ਼ਰ ਦਾ ਬਖਸ਼ਿਆ ਹੋਇਆ ਨਾਮ ਅੰਮ੍ਰਿਤ, ਇਹੀ 36 ਤਰ੍ਹਾਂ ਦੇ ਭੋਜਨ ਖਾਣਾ ਕਰਦੇ ਹਾਂ। ਅਤੇ ਸੇਜ ਸੁਖਾਲੀ ਜੋ ਅੰਤਹਿਕਰਨ ਰੂਪੀ ਸੇਜ, ਜਿੱਥੇ ਪਰਮੇਸ਼ਰ ਦਾ ਨਿਵਾਸ ਹੈ, ਜਦੋਂ ਉਹ ਪ੍ਰਗਟ ਹੋ ਜਾਂਦਾ ਹੈ, ਮਾਨੋ ਵੀ ਹਿਰਦੇ ਰੂਪੀ ਅੰਤਹਿਕਰਨ ਰੂਪੀ ਸੁੱਖ ਵਾਲੀ ਸੇਜਾ ਵੀ ਉਸ ਵਾਹਿਗੁਰੂ ਨੇ ਬਖਸ਼ੀ ਹੋਈ ਹੈ। ਅਤੇ ਸੀਤਲ ਪਵਣਾ ਜੋ ਸ਼ਾਂਤੀ ਦਿੱਤੀ ਹੈ, ਜੋ ਸਾਡੇ ਅੰਦਰ ਸ਼ਾਂਤੀ ਆਉਂਦੀ ਹੈ ਉਹਦਾ ਨਾਮ ਜਪ ਕੇ, ਇਹੀ ਕਹਿੰਦੇ ਵੀ ਸੀਤਲ ਠੰਡੀ ਪਵਣਾ ਪਵਣ ਹਵਾ ਦਿੱਤੀ ਹੋਈ ਹੈ। ਅਤੇ ਸਹਿਜ ਕੇਲ ਰੰਗ ਕਰਨਾ ਜੀ, ਉਹਦੇ ਸਹਿਜ ਸੁੱਤੇ ਹੀ ਕਹਿੰਦੇ ਉਸ ਵਾਹਿਗੁਰੂ ਦੇ ਜਿਹੜੇ ਰੰਗ ਆਨੰਦ ਦੇ ਕੇਲ ਕ੍ਰੀੜਾ ਦੇ ਤਾਂ ਹੀ ਕਰਨਾ ਕਰਦੇ ਹਾਂ ਨਾਮ ਨੂੰ ਜਪ ਕੇ ਜੀ। ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਸਾ ਬੁੱਧ ਦੀਜੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਅਰਦਾਸ ਹੀ ਕਰੀ ਉਸ ਮਾਲਕ ਅੱਗੇ, ਪਹਿਲਾਂ ਇਹ ਜਣਾਤਾ ਵੀ ਦਿੱਤਾ ਸਾਰਾ ਕੁਝ ਉਸ ਪਰਮੇਸ਼ਰ ਨੇ ਹੈ, ਅਤੇ ਫਿਰ ਹੁਣ ਕਹਿੰਦੇ ਸਾ ਬੁੱਧ ਦੀਜਾ, ਹੇ ਵਾਹਿਗੁਰੂ ਸਾਨੂੰ ਉਹ ਬੁੱਧ ਉਹ ਅਕਲ ਦੇਣਾ ਕਰੋ ਜਿਸ ਅਕਲ ਕਰਕੇ ਤੂੰ ਸਾਨੂੰ ਵਿਸਰੇ ਨਹੀਂ ਭੁੱਲੇ ਨਹੀਂ, ਉਹ ਅਕਲ ਨਾ ਦਿਓ ਵੀ ਅਸੀਂ ਤੈਨੂੰ ਭੁਲਾਈ ਛੱਡੀਏ, ਸਾਨੂੰ ਉਹ ਅਕਲ ਉਹ ਬੁੱਧ ਦਿਓ ਵੀ ਸਦਾ ਤੈਨੂੰ ਚੇਤੇ 'ਚ ਰੱਖੀਏ। ਸਾ ਮਤ ਦੀਜੈ ਜਿਤ ਤੁਧ ਧਿਆਈ, ਉਹੀ ਮਹਾਰਾਜ ਸਾਹਿਬ ਸਾਨੂੰ ਮਤ ਕੀ ਹੁੰਦੀ ਹੈ ਵੀ ਸਿੱਖਿਆ ਦੇਣਾ ਕਰੋ ਜਿਸ ਸਿੱਖਿਆ ਦੁਆਰਾ ਸਦਾ ਹੀ ਅਸੀਂ ਤੈਨੂੰ ਧਿਆਉਂਦੇ ਰਹੀਏ ਜੀ, ਦਿਲ ਦੀਆਂ ਗਹਿਰਾਈਆਂ ਵਿੱਚੋਂ ਤੇਰਾ ਹੀ ਚੇਤਾ ਕਰਦੇ ਰਹੀਏ। ਸਾਸ ਸਾਸ ਤੇਰੇ ਗੁਣ ਗਾਵਾ, ਗੱਲ ਕੀ ਮਹਾਰਾਜ ਆਉਂਦੇ ਜਾਂਦੇ ਸਵਾਸਾਂ ਨਾਲ, ਜਦੋਂ ਸਵਾਸ ਨੂੰ ਅੰਦਰ ਖਿੱਚੀਏ ਉਦੋਂ ਵੀ ਤੇਰੇ ਗੁਣ ਗਾਈਏ, ਜਦੋਂ ਸਵਾਸ ਨੂੰ ਬਾਹਰ ਛੱਡੀਏ
ਉਦੋਂ ਵੀ ਮਹਾਰਾਜ ਤੇਰੀ ਸਿਫਤੀ ਮੈਂ ਕਰਦਾ ਰਹਾ। ਕੋਟ ਨਾਨਕ ਗੁਰ ਚਰਣਾ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਜਦੋਂ ਸਵਾਸ ਸਵਾਸ ਅਸੀਂ ਤੇਰਾ ਨਾਮ ਜਪਦੇ ਰਹੀਏ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ ਕਿਉਂਕਿ ਓਟ ਨਾਨਕ ਗੁਰ ਚਰਣਾ ਜੀਓ ਸਾਨੂੰ ਕਹਿੰਦੇ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੇ ਚਰਣਾਂ ਦੀ ਹੀ ਓਟ ਦੇਣਾ ਕਰੋ। ਸਾਨੂੰ ਤਾਂ ਮਹਾਰਾਜ ਦੇ ਚਰਣਾਂ ਦਾ ਹੀ ਸਹਾਰਾ ਹੈ ਜਿਸ ਦੁਆਰਾ ਤੇਰੇ ਨਾਮ ਨੂੰ ਜਪਦੇ ਹਾਂ ਜਾਂ ਜਪੀਏ ਜੀ। ਮਾਜ ਮਹੱਲਾ ਪੰਜਵਾ ਸਿਫਤ ਸਲਾਹਣ ਤੇਰਾ ਹੁਕਮ ਰਜਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਵਾਹਿਗੁਰੂ ਕੋਈ ਤਾਂ ਕਹਿੰਦਾ ਵੀ ਜਲ ਧਾਰੇ ਕਰਨੇ ਚਾਹੀਦੇ ਆ, ਕੋਈ ਤਾਂ ਕਹਿੰਦਾ ਵੀ ਧੂਣੀਆਂ ਪਾਉਣੀਆਂ ਚਾਹੀਦੀਆਂ ਨੇ, ਕੋਈ ਕਹਿੰਦਾ ਚਲੀਸੇ ਕੱਟਣੇ ਚਾਹੀਦੇ ਹਨ, ਕੋਈ ਕੁਝ ਕਹਿੰਦਾ ਹੈ, ਕੋਈ ਕਹਿੰਦਾ ਵਰਤ ਰੱਖਣੇ ਚਾਹੀਦੇ ਨੇ, ਪਰ ਸਿਫਤ ਸਲਾਹਣ ਤੇਰਾ ਹੁਕਮ ਰਜਾਈ। ਹੇ ਰਜਾ ਵਿੱਚ ਚਲਾਉਣ ਵਾਲੇ ਪਾਤਸ਼ਾਹ ਜਿਹੜਾ ਤੇਰਾ ਹੁਕਮ ਹੈ ਉਹ ਇਹੀ ਹੈ ਵੀ ਸਿਫਤ ਸਲਾਹਤਾ ਕਰੋ, ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਇਹ ਆਪ ਜੀ ਦਾ ਹੁਕਮ ਹੈ ਜੀਵਾਂ ਦੇ ਤਾਈਂ। ਪਰਮੇਸ਼ਰ ਦੀ ਸਾਧ ਸੰਗਤ ਜੋ ਬੰਦਗੀ ਕਰਨੀ ਹੈ ਵਾਹਿਗੁਰੂ ਦਾ ਹੁਕਮ ਹੈ, ਪਰਮੇਸ਼ਰ ਵੱਲੋਂ ਇਹ ਆਗਿਆ ਹੈ ਸਭ ਜੀਵ ਮਾਤਰ ਦੇ ਤਾਈਂ ਵੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਭਾਈ ਗੁਰੂ ਸਾਹਿਬ ਪਰਮੇਸ਼ਰ ਦਾ ਹੀ ਹੁਕਮ ਜਾ ਰਹੇ ਨੇ ਜਿਹੜਾ ਵਾਰ ਵਾਰ ਸਾਨੂੰ ਕਹਿ ਰਹੇ ਵੀ ਨਾਮ ਜਪੋ, ਬਾਣੀ ਪੜ੍ਹੋ, ਸਿਮਰਨ ਕਰੋ। ਅਤੇ ਲੋਕ ਤਾਂ ਬਹੁਤ ਢੰਗ ਤਰੀਕੇ ਦੱਸਦੇ ਹਨ, ਪਰ ਹੇ ਰਜਾਈ ਰਜਾ ਵਿੱਚ ਚਲਾਉਣ ਵਾਲੇ ਮਹਾਰਾਜ ਤੇਰਾ ਹੁਕਮ ਇਹੀ ਹੈ ਜੋ ਤੇਰੀ ਸਿਫਤ ਕਰਨੀ ਹੈ, ਤੇਰੀ ਸ਼ਲਾਘਾ ਕਰਨੀ ਹੈ। ਜਾਂ ਰਜਾਈ ਤੋਂ ਭਾਵ ਹੈ ਵੀ ਸਿਫਤ ਕੀ ਹੈ ਜੋ ਭਗਤੀ ਦੁਆਰਾ ਕਰਨੀ ਹੈ, ਭਗਤੀ ਕਰਨ ਰੂਪੀ ਆਪ ਜੀ ਦੀ ਮਹਾਰਾਜ ਸਿਫਤ, ਅਤੇ ਸਲਾਹਣ ਕੀ ਹੈ ਜੋ ਕੀਰਤਨ ਕਰਨ ਰੂਪੀ ਸਲਾਹਣਾ, ਅਤੇ ਤੇਰਾ ਹੁਕਮ ਮੰਨਣਾ ਉਹੀ ਪ੍ਰਵਾਨ ਹੈ ਜੋ ਆਪ ਜੀ ਦੀ ਰਜਾਈ ਆਗਿਆ ਦੇ ਵਿੱਚ ਮਹਾਰਾਜ ਸਾਹਿਬ ਜੀ ਚੱਲਣਾ ਹੈ। ਜਾਂ ਰਜਾਈ ਰਜਾ ਦੇ ਮਾਲਕ ਹੇ ਪਾਤਸ਼ਾਹ ਆਗਿਆ ਕਰਨ ਵਾਲੇ ਤੇਰੀ ਆਗਿਆ ਅਨੁਸਾਰ ਤੇਰੇ ਹੁਕਮ ਦੇ ਵਿੱਚ ਹੀ ਤੇਰੀ ਸਿਫਤ ਤੇਰੀ ਸਲਾਘਾ ਕੀਤੀ ਜਾ ਸਕਦੀ ਹੈ, ਤੇਰੇ ਹੁਕਮ ਤੋਂ ਬਗੈਰ ਤੇਰੇ ਗੁਣ ਗਾਏ ਨਹੀਂ ਜਾ ਸਕਦੇ। ਸੋ ਗਿਆਨ ਧਿਆਨ ਜੋ ਤੁਧ ਭਾਈ। ਮਹਾਰਾਜ ਸੋ ਗਿਆਨ ਧਿਆਨ, ਜਿਵੇਂ ਕਈ ਗਿਆਨੀ ਅਖਵਾਉਂਦੇ ਵੀ ਗਿਆਨਵਾਨ, ਕਈ ਧਿਆਨੀ ਅਖਵਾਉਂਦੇ ਵੀ ਅਸੀਂ ਸਮਾਧੀਆਂ ਲਾਉਂਦੇ ਹਾਂ, ਪਰ ਪੰਜਵੇਂ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਆਪ ਜੀ ਦੇ ਜੋ ਸਰਗੁਣ ਸਰੂਪ ਦਾ ਜੋ ਗਿਆਨ ਹੈ ਅਤੇ ਨਿਰਗੁਣ ਸਰੂਪ ਦਾ ਜੋ ਧਿਆਨ ਹੈ, ਜਾਂ ਆਪ ਜੀ ਦੇ ਬਾਬਤ ਜੋ ਗਿਆਨ ਪ੍ਰਾਪਤ ਕਰਨਾ, ਜੋ ਤੁਹਾਡੇ ਸਰੂਪ ਵਿੱਚ ਧਿਆਨ ਸਮਾਧੀਆਂ ਲਾਉਣੀਆਂ ਹਨ, ਸੋ ਗਿਆਨ ਧਿਆਨ ਜੋ ਤੁਧ ਭਾਈ, ਜਿਹੜਾ ਤੈਨੂੰ ਭਾ ਜਾਵੇ ਨਾ ਚੰਗਾ ਲੱਗੇ ਉਹੀ ਗਿਆਨ ਧਿਆਨ ਪ੍ਰਵਾਨ ਹੈ। ਕਈ ਤਾਂ ਕਹਿੰਦੇ ਵੀ ਅਸੀਂ ਧਿਆਨੀ ਹੈ ਵੀ ਅੱਖਾਂ ਬੰਦ ਕਰਕੇ ਸਮਾਧੀਆਂ 'ਚ ਲੱਗੇ ਰਹਿਣਾ, ਅਤੇ ਫਿਰ ਕਈ ਗਿਆਨ ਦੀਆਂ ਗੱਲਾਂ ਕਰਦੇ ਨੇ ਵੀ ਸਾਡੇ ਵਰਗਾ ਗਿਆਨਵਾਨ ਕੋਈ ਨਹੀਂ ਹੈ, ਪਰ ਅਸਲ 'ਚ ਮਹਾਰਾਜ ਸਾਹਿਬ ਕਹਿੰਦੇ ਵੀ ਉਹੀ ਗਿਆਨ ਪ੍ਰਵਾਨ ਹੈ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗੇ, ਉਹੀ ਧਿਆਨ ਕਹਿੰਦੇ ਵੀ ਲਾਇਆ ਹੋਇਆ ਪ੍ਰਵਾਨ ਹੈ, ਸਮਾਧੀ ਪ੍ਰਵਾਨ ਹੈ ਜੋ ਵਾਹਿਗੁਰੂ ਨੂੰ ਚੰਗੀ ਲੱਗੇ। ਭਾਵ ਇਹ ਹੈ ਵੀ ਪਰਮੇਸ਼ਰ ਦੇ ਸੰਬੰਧੀ ਧਿਆਨ ਕਰੇ, ਲੋਕ ਵਿਖਾਵੇ ਦਾ ਧਿਆਨ ਅਤੇ ਲੋਕ ਵਿਖਾਵੇ ਲਈ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਾਸਤੇ ਗਿਆਨ ਦੀਆਂ ਗੱਲਾਂ ਕਰਨੀਆਂ, ਇਹ ਕਿਸੇ ਲੇਖੇ ਨਹੀਂ ਹੈ। ਗਿਆਨ ਹੋਵੇ ਤਾਂ ਉਹ ਵੀ ਬ੍ਰਹਮ ਦਾ ਹੀ ਹੋਵੇ, ਸਾਰਿਆਂ 'ਚ ਪਰਮੇਸ਼ਰ ਦੀ ਜੋਤ ਦਿਖੇ। ਧਿਆਨ ਹੋਵੇ ਤਾਂ ਸਭ ਵਿੱਚ ਵਾਹਿਗੁਰੂ ਦੀ ਜੋਤ ਜਾਣ ਕੇ
ਜਿਹਨੂੰ ਵੀ ਵੇਖੇ ਧਿਆਨ ਪਰਮੇਸ਼ੁਰ 'ਚ ਹੀ ਜੁੜ ਜਾਵੇ। ਇਹ ਹੋਵੇ ਨਾ ਵੀ ਕਿਸੇ ਨਾਲ ਈਰਖਾ ਨਾ ਜਾਗੇ, ਕਿਸੇ ਨਾਲ ਦਵੈਸ਼ ਨਾ ਜਾਗੇ, ਕਲਾ ਕਲੇਸ਼ ਵਾਲਾ ਮਨ 'ਚ ਸੰਕਲਪ ਵਿਕਲਪ ਉੱਠੇ ਹੀ ਨਾ, ਭਾਵ ਕਿ ਹਰ ਇੱਕ ਨੂੰ ਵੇਖ ਕੇ ਸਮਾਧੀ ਪਰਮੇਸ਼ੁਰ 'ਚ ਜੁੜੇ ਸੁਰਤ, ਅਤੇ ਹਰ ਇੱਕ ਨੂੰ ਵੇਖ ਕਰਕੇ ਉਹਦੇ ਵਿੱਚ ਵਾਹਿਗੁਰੂ ਦੀ ਜੋਤ ਦਿਖੇ, ਇਹ ਗਿਆਨ ਧਿਆਨ ਹੈ। ਹੇ ਮਹਾਰਾਜ, ਗਿਆਨ ਧਿਆਨ ਕਮਾਇਆ ਉਹੀ ਪ੍ਰਵਾਨ ਆ ਜੋ ਆਪ ਜੀ ਨੂੰ ਭਾਉਂਦਾ ਚੰਗਾ ਲੱਗਦਾ ਏ। ਸੋਈ ਜਪ ਜੋ ਪ੍ਰਭ ਜੀਓ ਭਾਵੈ। ਹੇ ਮਹਾਰਾਜ, ਜਾਪ ਕਈ ਤਰ੍ਹਾਂ ਦੇ ਕਰਦੇ ਨੇ ਜੀਵ, ਕੋਈ ਕਿਸੇ ਮੰਤਰ ਦਾ ਜਪ ਕਰਦਾ, ਕੋਈ ਕਿਸੇ ਮੰਤਰ ਦਾ ਜਪ ਕਰਦਾ ਹੈ, ਪਰ ਉਹੀ ਅਸਲ ਵਿੱਚ ਕੀਤਾ ਹੋਇਆ ਜਾਪ ਹੈ ਜੋ ਪ੍ਰਭੂ ਜੀ ਨੂੰ ਭਾ ਜਾਵੇ, ਚੰਗਾ ਲੱਗ ਆਵੇ। ਭਾਣੈ ਪੂਰ ਗਿਆਨਾ ਜੀਓ। ਤੇ ਪਰਮੇਸ਼ੁਰ ਦੇ ਭਾਣੇ ਹੁਕਮ ਵਿੱਚ ਹੀ ਪੂਰਨ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ, ਜਾਂ ਪੂਰਨ ਗਿਆਨ ਇਹੀ ਹੈ ਜੋ ਪਰਮੇਸ਼ੁਰ ਦੇ ਭਾਣੇ ਨੂੰ ਮੰਨ ਲੈਣਾ ਹੈ। ਕੱਲਾ ਗਿਆਨਵਾਨ ਕਹਾਉਣਾ ਹੋਰ ਗੱਲ ਹੈ, ਤੇ ਜਦੋਂ ਭਾਣਾ ਮੰਨਣਾ ਪਵੇ ਉਸ ਵੇਲੇ ਫਿਰ ਪਤਾ ਲੱਗਦਾ ਵੀ ਇਹ ਪੂਰਨ ਗਿਆਨੀ ਹੈ ਜਾਂ ਇਹ ਕੇਵਲ ਕਹਿਣ ਦਾ ਹੀ ਗਿਆਨਵਾਨ ਸੀ। ਜਿਵੇਂ ਛੱਜੂ ਦੇ ਬਾਰੇ ਸੀ ਵੀ ਜਦੋਂ ਕਿਸੇ ਦੇ ਘਰ ਵਿੱਚ ਕੋਈ ਚੜ੍ਹਾਈ ਕਰਦੇ ਤਾਂ ਉਹ ਪੈਰਾਂ ਨੂੰ ਘੁੰਗਰੂ ਪਾ ਕੇ ਨੱਚਦਾ ਆਉਂਦਾ ਸੀ। ਉਹ ਕਹਿੰਦਾ ਹੁੰਦਾ ਸੀ ਵੀ ਗੱਲ ਹੀ ਕੋਈ ਨਹੀਂ ਹੈ, ਉਹਦਾ ਆਪਣਾ ਪੁੱਤਰ ਚੜ੍ਹਾਈ ਕਰ ਗਿਆ, ਨੱਚਿਆ ਤਾਂ ਉਦਣ ਵੀ, ਪਰ ਫੇਰ ਕਹਿਣ ਵਾਲਿਆਂ ਕਹਿਤਾ ਵੀ ਅੱਜ ਤੁਹਾਡੇ ਤਾਲ ਮਿਲੇ ਨਹੀਂ ਹੈ। ਉੱਚੀ ਉੱਚੀ ਰੋ ਪਿਆ, ਕਹਿੰਦਾ ਵੀ ਕਿਸੇ ਦੀ ਮੌਤ ਤੇ ਨੱਚਣਾ ਤੇ ਘਰ ਵਿੱਚ ਜਦੋਂ ਮੌਤ ਹੁੰਦੀ ਹੈ ਕਹਿੰਦਾ ਉਦੋਂ ਫਰਕ ਲੱਗਦਾ। ਫਿਰ ਮਹਾਰਾਜ ਕਹਿੰਦੇ ਵੀ ਇੱਦਾਂ ਲੋਕਾਂ ਨੂੰ ਵਿਖਾਉਣ ਵਾਸਤੇ ਤਾਂ ਬੜੇ ਕਈ ਕਹਿਣਗੇ ਵੀ ਭਾਣਾ ਮੰਨਣਾ ਚਾਹੀਦਾ ਹੈ ਜੀ, ਉਹਦੀ ਰਾਜੇ ਰਜਾ ਨੂੰ ਸਤ ਕਰਕੇ ਮੰਨੋ, ਪਰ ਜਦੋਂ ਆਪ ਆਵੇ ਆਪਣੇ ਉੱਤੇ ਕੋਈ ਸਮਾਂ ਜਿਹੜਾ, ਉਦੋਂ ਫਿਰ ਉਹਨੂੰ ਮੰਨ ਕੇ ਵਿਖਾਉਂਦਾ ਹੈ ਨਾ, ਉਦੋਂ ਫਿਰ ਪਤਾ ਲੱਗਦਾ ਵੀ ਇਹ ਪੂਰਨ ਗਿਆਨਵਾਨ ਹੈ। ਪਰਮੇਸ਼ੁਰ ਦੇ ਭਾਣੇ ਨੂੰ ਮੰਨਣਾ ਹੀ ਅਸਲ ਵਿੱਚ ਪੂਰਨ ਗਿਆਨ ਹੈ। ਜੇ ਭਾਣਾ ਨਹੀਂ ਮੰਨਣਾ ਤਾਂ ਫਿਰ ਗਿਆਨ ਕਿਸੇ ਕੰਮ ਦਾ ਨਹੀਂ। ਫੋਕਾ ਜੀ, ਅੰਮ੍ਰਿਤ ਨਾਮ ਤੇਰਾ ਸੋਈ ਗਾਵੈ। ਇਹ ਵਾਹਿਗੁਰੂ ਅੰਮ੍ਰਿਤ ਹੈ ਨਾਮ, ਆਪ ਜੀ ਦਾ ਨਾਮ ਐਸਾ ਹੈ ਵੀ ਜਿਹੜਾ ਜਪੇ ਉਹ ਅਮਰ ਹੋ ਜਾਵੇ, ਆਨੰਦਿਤ ਹੋ ਜਾਵੇ। ਪਰ ਇਸ ਅੰਮ੍ਰਿਤ ਨਾਮ ਆਪ ਜੀ ਦੇ ਨੂੰ ਉਹੀ ਪੁਰਖ ਗਾਵੇ ਗਾਉਂਦਾ ਹੈ, ਉਹੀ ਨਾਮ ਜਪਦਾ ਹੈ ਜੋ ਸਾਹਿਬ ਤੇਰੇ ਮਨ ਭਾਵੈ। ਇਹ ਸਾਹਿਬ ਮਾਲਕ ਜੋ ਤੇਰੇ ਮਨ ਨੂੰ ਭਾ ਜਾਵੇ, ਜਿਹੜਾ ਤੈਨੂੰ ਚੰਗਾ ਲੱਗਦਾ ਹੈ ਨਾ, ਉਹੀ ਤੇਰੇ ਨਾਮ ਨੂੰ ਮਹਾਰਾਜ ਪ੍ਰਾਪਤ ਕਰਕੇ ਗਾਉਂਦਾ ਹੈ। ਭਾਵ ਕਿ ਨਾਮ ਜਪਣਾ ਪਰਮੇਸ਼ੁਰ ਦੇ ਹੁਕਮ ਵਿੱਚ ਹੀ ਆਉਂਦਾ ਹੈ, ਅਤੇ ਜਿਹੜੇ ਨਾਮ ਜਪਦੇ ਨੇ ਉਹ ਹਉਮੈ ਨਾ ਕਰਨ, ਉਹਨਾਂ ਵਾਸਤੇ ਵਚਨ ਹੈ ਵੀ ਜਿੱਦਾਂ ਕੋਈ ਨਾਮ ਜਪਦਿਆ ਰਿਹਾ ਹੋਵੇ ਅਤੇ ਉਹ ਆਖੇ ਵੀ ਮੈਂ ਨਾਮ ਜਪਦਾ, ਵੀ ਮੈਂ ਬੜਾ ਹੀ ਸਮਾਧੀਆਂ ਲਾਉਂਦਾ, ਮੈਂ ਅੰਮ੍ਰਿਤ ਵੇਲੇ ਤੋਂ ਹੀ ਸਿਮਰਨ ਜੁੜ ਜਾਂਦਾ, ਕਹਿੰਦੇ ਹੰਕਾਰ ਨਾ ਆ ਜੇ ਪਿਆਰਿਆ, ਇੱਦਾਂ ਚੇਤੇ ਰੱਖ ਵੀ ਨਾਮ ਉਹੀ ਜਪ ਸਕਦਾ ਏ ਜਿਹਨੂੰ ਵਾਹਿਗੁਰੂ ਜਪਾਉਣਾ ਚਾਹੁੰਦਾ ਹੈ। ਅਤੇ ਤੂੰ ਸਮਝ ਲੈ ਵੀ ਮੇਰੇ ਕੋਲ ਵਾਹਿਗੁਰੂ ਜਪਾ ਰਿਹਾ ਹੈ, ਮੈਂ ਜਪ ਨਹੀਂ ਰਿਹਾ, ਮਾਲਕ ਮੇਰੇ ਕੋਲ ਆਪਣੀ ਸਿਫਤ ਕਰਾ ਰਿਹਾ ਹੈ, ਮੈਂ ਕਰ ਨਹੀਂ ਰਿਹਾ। ਸਾਡੀ ਕੀ ਪਾਇਆ, ਸਾਡੀ ਕੀ ਹਸਤੀ ਹੈ, ਜੰਤ ਹੈ ਵਾਜੇ ਹੈ, ਜਿਵੇਂ ਢੋਲਕੀ ਪਈ ਹੈ ਉਹ 'ਚ ਆਵਾਜ਼ ਓਨੀ ਕੀ ਨਿਕਲਦੀ ਹੈ ਨਾ ਜਿੰਨਾ ਕੁ ਉੱਤੇ ਕੋਈ ਹੱਥ ਮਾਰੇ, ਵਾਜੇ ਦੇ ਸੁਰ ਦੇ ਉੱਤੇ ਜਦੋਂ ਕੋਈ ਰੱਖੇ ਉਂਗਲ ਵਜਾਉਣ ਵਾਲਾ ਤਾਂ ਸਾਧ ਸੰਗਤ ਓਨੀ ਕੁ ਹੀ ਉਹ 'ਚੋਂ ਆਵਾਜ਼ ਨਿਕਲਦੀ ਹੈ, ਅਤੇ ਉਸੇ ਤਰ੍ਹਾਂ ਦੀ ਨਿਕਲਦੀ ਹੈ ਜਿਹੋ ਜਿਹੀ ਉਹ ਕੱਢਣਾ ਚਾਹੇ। ਇਸੇ ਤਰ੍ਹਾਂ ਹੀ ਜਿਹੜੇ ਜੀਵ ਹੈ ਨਾ ਜਿੰਨੇ ਵੀ, ਇਹ ਸਾਰੇ ਪਰਮੇਸ਼ੁਰ ਦੇ ਜੰਤ ਵਾਜੇ ਹਨ, ਜਿੱਦਾਂ ਦੀ ਉਹ ਆਵਾਜ਼ ਕੱਢਦਾ, ਜਿੰਨਾ ਕੁ ਵਜਾਉਂਦਾ, ਓਨੇ ਕੁ ਅਸੀਂ ਵੱਜੀ ਜਾ ਰਹੇ ਹਾਂ। ਇਹ ਫਿਰ ਭਾਵਨਾ ਰੱਖੇ ਮਹਾਰਾਜ, ਤੂੰ ਜਿਨ੍ਹਾਂ ਨੂੰ ਆਪਣਾ ਨਾਮ ਜਪਾਉਣਾ ਚਾਹੇ ਉਹ ਜਪਦੇ ਨੇ,
ਤੇ ਅਸੀਂ ਮਹਾਰਾਜ ਜਪ ਰਹੇ ਹਾਂ ਤਾਂ ਇਸੇ ਕਰਕੇ ਕਿਉਂਕਿ ਤੇਰੀ ਰਜਾ ਹੈ। ਇਹ 'ਚੋਂ ਦੋਵੇਂ ਤਰ੍ਹਾਂ ਦੇ ਹੀ ਅਰਥ ਲੈਣੇ, ਇੱਕ ਤਾਂ ਇਹ ਭਾਵ ਅਰਥ ਲੈਣਾ ਵੀ ਜਿਹੜੇ ਨਾਮ ਜਪਦੇ ਨੇ ਉਹਨਾਂ 'ਚ ਨਿਮਰਤਾ ਆਵੇ ਇਸ ਕਰਕੇ ਕਹਿ ਰਹੇ ਨੇ, ਅਤੇ ਦੂਸਰਾ ਜਿਹੜੇ ਨਹੀਂ ਆਪਾਂ ਜਪ ਰਹੇ ਕੋਈ, ਆਪਾਂ ਫਿਰ ਆਖੀਏ ਵੀ ਸਾਡੀ ਮਹਾਰਾਜ ਸਾਹਿਬ ਆਗਿਆ ਹੀ ਨਹੀਂ ਸਾਡੇ ਕੋਲ ਨਾਮ 'ਚ ਪਾਉਣ ਦੀ, ਅਸੀਂ ਫਿਰ ਹੁਣ ਕੀ ਕਰਾਂਗੇ। ਕਹਿੰਦੇ ਤੁਸੀਂ ਅਰਦਾਸ ਕਰੋ ਵੀ ਮਹਾਰਾਜ ਤੇਰੀ ਆਗਿਆ ਨਾਲ, ਤੇਰੇ ਹੁਕਮ ਨਾਲ ਹੀ ਨਾਮ ਜੇ ਜਪਿਆ ਜਾਂਦਾ ਹੈ ਨਾ, ਜੇ ਤੈਨੂੰ ਭਾ ਜਾਈਏ ਚੰਗੇ ਲੱਗੀਏ ਤੇ ਤਾਂ ਹੀ ਮਹਾਰਾਜ ਨਾਮ ਦਾ ਅਭਿਆਸ ਹੁੰਦਾ ਹੈ, ਤਾਂ ਰਹਿਮਤ ਕਰ ਅਸੀਂ ਤੈਨੂੰ ਭਾ ਜਾਈਏ, ਸਾਡੇ ਕੋਲ ਉਹ ਕਰਮ ਕਰਾਈ ਜਿਹਦੇ ਕਰਕੇ ਮਹਾਰਾਜ ਤੈਨੂੰ ਭਾਈਏ, ਉਹ ਕਰਮ ਨਾ ਕਰਾਈ ਜਿਹਨਾਂ ਕਰਕੇ ਤੇਰੇ ਤੋਂ ਬੇਮੁੱਖ ਹੋਈਏ। ਅਰਦਾਸ ਕਰੇ, ਜਿਵੇਂ ਅਰਦਾਸ 'ਚ ਹੀ ਕਹਿ ਦਿੰਦੇ ਨਾ, ਸਿੱਖ ਕਈ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ। ਮਹਾਰਾਜ ਜੇ ਤੇਰੇ ਹੁਕਮ ਵਿੱਚ ਹੀ ਨਾਮ ਜਪਿਆ ਜਾਣਾ ਫਿਰ ਉਹਨਾਂ ਨਾਲ ਮੇਲ ਸਾਨੂੰ ਜਿਹੜੇ ਤੇਰੇ ਨਾਮ ਜਪਦੇ ਨੇ, ਜਿਨ੍ਹਾਂ ਦੇ ਨਾਲ ਮਿਲ ਕੇ ਸਾਨੂੰ ਵੀ ਤੇਰਾ ਨਾਮ ਚੇਤੇ ਵਿੱਚ ਆ ਜਾਵੇ। ਸੋ ਇੱਥੇ ਮਹਾਰਾਜ ਕਹਿੰਦੇ ਜੋ ਸਾਹਿਬ ਵਾਹਿਗੁਰੂ ਜੀ ਤੇਰੇ ਮਨ ਨੂੰ ਭਾਉਂਦੇ ਹਨ ਉਹੀ ਨਾਮ ਜਪਦੇ ਹਨ। ਤੂੰ ਸੰਤਨ ਕਾ ਸੰਤ ਤੁਮਾਰੇ, ਮਹਾਰਾਜ ਤੂੰ ਸੰਤਾਂ ਦਾ ਪਿਆਰਾ ਹੈ, ਸੰਤ ਤੈਨੂੰ ਪਿਆਰੇ ਚੰਗੇ ਲੱਗਦੇ ਹਨ ਨਾਮ ਜਪਣ ਵਾਲੇ। ਸੰਤ ਸਾਹਿਬ ਮਨ ਮਾਨਾ ਜੀ, ਇਹ ਸਾਹਿਬ ਮਾਲਕ ਪਰਮੇਸ਼ਰ ਜੀ ਸੰਤ ਤੇਰੇ ਮਨ ਨੂੰ ਮੰਨ ਕੇ ਤੈਨੂੰ ਚੰਗੇ ਲੱਗਦੇ ਆ, ਤੂੰ ਸੰਤਾਂ ਦੇ ਮਨ ਵਿੱਚ ਮੰਨ ਗਿਆ ਭਾਵ ਉਹਨਾਂ ਨੂੰ ਭਾਉਂਦਾ ਹੈ ਜੀ। ਸੰਤਨ ਕੀ ਕਰੇ ਪ੍ਰਤਪਾਲਾ, ਮਹਾਰਾਜ ਤੂੰ ਆਪਣੇ ਸਵਾਸ ਸਵਾਸ ਨਾਮ ਜਪਣ ਵਾਲੇ ਹਰ ਵਕਤ ਤੇਰੇ 'ਚ ਸਮਾਧੀਆਂ ਲੀਨ ਰਹਿਣ ਵਾਲੇ ਸੁਰਤੀਆਂ ਜੋੜਨ ਵਾਲੇ ਜਿਹੜੇ ਸੰਤ ਨੇ ਉਹਨਾਂ ਦੀ ਕਰੇ ਪ੍ਰਤਪਾਲਾ, ਆਪ ਪ੍ਰਤਪਾਲਣਾ ਕਰਦਾ ਹੈ ਮਹਾਰਾਜ। ਇਹ ਸੰਤਾਂ ਦੀ ਪਾਲਣਾ ਤੂੰ ਕਰਦਾ, ਇਹ ਬਚਨ ਸੁਣ ਕੇ ਕੋਈ ਕਹਿ ਸਕਦਾ ਹੈ ਨਾ ਵੀ ਕਿਤੇ ਤਾਂ ਮਹਾਰਾਜ ਕਹਿੰਦੇ ਵੀ ਸਾਰਿਆਂ ਨੂੰ ਅਕਿਰਤਕਣਾਂ ਨੂੰ ਵੀ ਪਾਲਦਾ, ਹੁਣ ਇੱਥੇ ਸੰਤਾਂ ਦੀ ਗੱਲ ਕਿਉਂ? ਇੱਥੇ ਭਾਵ ਇਹ ਆ ਵੀ ਜਿਹੜੀ ਸੰਤਾਂ ਦੀ ਆਤਮਕ ਗਿਆਨ ਦੀ ਉਡਾਰੀ ਦੀ ਪਾਲਣਾ ਹੈ ਨਾ, ਜੋ ਆਤਮਕ ਆਨੰਦ ਉਹਨਾਂ ਦਾ ਬਣਿਆ ਰਹਿਣਾ, ਜੋ ਸਦਾ ਪਰਮੇਸ਼ਰ ਦੇ ਚਰਨਾਂ 'ਚ ਲੀਨ ਰਹਿਣਾ, ਇਹ ਪ੍ਰਤਪਾਲਣਾ ਫਿਰ ਸੰਤਾਂ ਦੀ ਵਾਹਿਗੁਰੂ ਆਪ ਕਰਦਾ ਵੀ ਇਹਨਾਂ ਦੇ ਆਨੰਦ ਵਿੱਚ ਕੋਈ ਕਮੀ ਨਾ ਆਵੇ। ਹੁਣ ਇਹਨਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਹੁਣ ਸੁਰਤੀ ਜਿਹੜੀ ਟੁੱਟ ਕੇ ਉਹ ਸੰਸਾਰ ਵੱਲ ਨਾ ਲੱਗੇ, ਹੁਣ ਇਹ ਪ੍ਰਤਪਾਲਣਾ ਮਹਾਰਾਜ ਤੂੰ ਸੰਤਾਂ ਦੀ ਕਰਦਾ ਹੈ ਸਦਾ। ਸੰਤ ਖੇਲ ਹੈ ਤੁਮ ਸੰਗ ਗੋਪਾਲਾ, ਇਹ ਗੋ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਜੀ ਜਿਹੜੇ ਸੰਤ ਨੇ ਨਾ ਤੇਰੇ ਸਵਾਸ ਸਵਾਸ ਨਾਮ ਜਪਣ ਵਾਲੇ, ਉਹ ਸਦਾ ਹੀ ਤੇਰੇ ਨਾਲ ਖੇਡਦੇ ਹਨ ਪ੍ਰੇਮ ਦੀਆਂ ਖੇਡਾਂ, ਪ੍ਰੇਮ ਦੀ ਬਾਜੀ ਮਹਾਰਾਜ ਤੇਰੇ ਨਾਲ ਖੇਡਦੇ ਹਨ। ਤੂੰ ਸੰਤਾਂ ਨਾਲ ਮਹਾਰਾਜ ਪ੍ਰੇਮ ਨਾਲ ਖੇਡਦਾ ਰਹਿੰਦਾ, ਜਾਣ ਕੇ ਪਰਖਾਂ ਕਰਦਾ ਰਹਿੰਦਾ ਹੈ ਕਿਸੇ ਨਾ ਕਿਸੇ ਢੰਗ ਨਾਲ, ਫਿਰ ਉਹ ਪਰਖ ਜੋ ਪਾਸ ਹੁੰਦੇ ਆ ਫਿਰ ਤੂੰ ਖੁਸ਼ ਹੁੰਦਾ ਹੈ। ਇਵੇਂ ਤੂੰ ਆਪਣੇ ਸੰਤਾਂ ਦੀ ਪਰਖ ਕਰਨ ਵਾਸਤੇ ਪ੍ਰੇਮ ਦੀਆਂ ਖੇਡਾਂ ਪਰਚੇ ਪਾਉਂਦਾ ਹੈ, ਸੰਤ ਵੀ ਮਹਾਰਾਜ ਤੇਰੇ ਨਾਲ ਪ੍ਰੇਮ ਦੀ ਖੇਡ ਹੀ ਖੇਡਦੇ ਹਨ ਸਦਾ। ਆਪਣੇ ਸੰਤ ਤੁਧ ਖਰੇ ਪਿਆਰੇ, ਮਹਾਰਾਜ ਜਿਹੜੇ ਤੇਰੇ ਆਪਣੇ ਹਨ ਹਰ ਸਮੇਂ ਜਿਹੜੇ ਸੰਤ ਤੇਰੇ ਨਾਲ ਜੁੜੇ ਰਹਿੰਦੇ ਹਨ ਉਹ ਤੈਨੂੰ ਖਰੇ ਅਤਿਅੰਤ ਹੀ ਪਿਆਰੇ ਨੇ, ਖਰੇ ਬਹੁਤ ਹੀ ਚੰਗੇ ਲੱਗਦੇ ਹਨ। ਤੂੰ ਸੰਤਨ ਕੇ ਪ੍ਰਾਣਾ ਜੀਓ, ਗੱਲ ਕੀ ਮਹਾਰਾਜ ਤੂੰ ਸੰਤਾਂ ਦੇ ਪ੍ਰਾਣ ਹੈ, ਸੰਤਾਂ ਦੀ ਜਿੰਦ ਜਾਣੀ ਹੈ ਤੇਰੇ ਤੋਂ ਬਿਨਾਂ ਉਹ ਆਪਣਾ ਜੀਵਨ ਹੀ ਨਹੀਂ ਮੰਨਦੇ, ਤੇਰੇ ਤੋਂ ਬਿਨਾਂ ਉਹ ਸਮਝਦੇ ਵੀ ਹੁਣ ਤਾਂ ਸਾਡਾ ਮਰਨਾ ਹੀ ਹੋ ਗਿਆ ਹੈ। ਨਾਮ ਜਪਣ ਵਾਲੇ ਸੰਤਾਂ ਦਾ ਹੇ ਪਿਆਰੇ ਵਾਹਿਗੁਰੂ ਜੀ ਤੂੰ ਪ੍ਰਾਣ ਹੈ, ਉਹਨਾਂ ਦੀ ਜਿੰਦ ਜਾਨ ਹੈ ਤੂੰ, ਜਿਵੇਂ ਜਿੰਦ ਤੋਂ ਬਿਨਾਂ ਸਰੀਰ ਨਹੀਂ ਚੱਲਦਾ
ਤੇਰੇ ਤੋਂ ਬਿਨਾ ਮਹਾਰਾਜ ਸੰਤ ਬਚਦੇ ਨਹੀਂ ਹਨ। ਉਹਨ ਸੰਤਨ ਕੈ ਮੇਰਾ ਮਨ ਕੁਰਬਾਨੇ, ਉਹ ਜਿਹੜੇ ਤੇਰੇ ਸਵਾਸ ਸਵਾਸ ਨਾਮ ਜਪਣ ਵਾਲੇ ਸੰਤ ਨੇ ਉਹਨਾਂ ਤੋਂ ਮਹਾਰਾਜ ਮੇਰਾ ਮਨ ਵੀ ਕੁਰਬਾਨ ਬਲਹਾਰ ਜਾਂਦਾ ਹੈ। ਧੰਨ ਹੋ ਗੁਰਮੁਖੋ ਤੁਸੀਂ, ਤੁਹਾਡੇ ਨਾਲ ਵਾਹਿਗੁਰੂ ਆਪ ਪ੍ਰੇਮ ਕਰਦਾ ਏ। ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਜਿਨ੍ਹਾਂ ਨੇ ਮਹਾਰਾਜ ਤੈਨੂੰ ਜਾਤਾ ਜਾਣ ਲਿਆ ਹੈ, ਤੈਨੂੰ ਸਭ ਵਿੱਚ ਵਿਆਪਕ ਸਮਝ ਲਿਆ ਹੈ, ਅਤੇ ਜਿਹੜੇ ਸੰਤ ਨਾਮ ਜਪਣ ਵਾਲੇ ਤੇਰੇ ਮਨ ਵਿੱਚ ਭਾਨੇ ਭਾ ਗਏ, ਜੋ ਤੈਨੂੰ ਚੰਗੇ ਲੱਗਦੇ ਨੇ, ਜਿਨ੍ਹਾਂ ਨੇ ਤੈਨੂੰ ਜਾਣਿਆ ਹੈ ਅਤੇ ਜੋ ਤੈਨੂੰ ਚੰਗੇ ਲੱਗਦੇ ਹਨ, ਉਹਨਾਂ ਤੋਂ ਅਸੀਂ ਸਦਕੇ ਜਾਂਦੇ ਹਾਂ। ਤਿੰਨ ਕੈ ਸੰਗ ਸਦਾ ਸੁਖ ਪਾਇਆ, ਐਸੇ ਮਹਾਰਾਜ ਜਿਹੜੇ ਤੇਰੇ ਸੰਤ ਨੇ ਉਹਨਾਂ ਦੇ ਸੰਗ ਨਾਲ ਮਿਲ ਕੇ ਉਹਨਾਂ ਦੀ ਸੰਗਤ ਕਰਕੇ ਸਦਾ ਰਹਿਣ ਵਾਲਾ ਜੋ ਸੁੱਖ ਹੈ ਉਹ ਪਾ ਲਿਆ, ਜਾਂ ਸਦਾ ਹੀ ਦੇਣ ਵਾਲਾ ਜੋ ਸੁੱਖ ਨਾਮ ਹੈ ਉਹ ਸਦਾ ਸੁੱਖ ਰੂਪੀ ਨਾਮ ਪਰਮੇਸ਼ਰ ਦਾ ਸੀ ਸੰਤਾਂ ਦੀ ਸੰਗਤ ਵਿੱਚੋਂ ਪਾ ਲਿਆ ਹੈ ਜੀ। ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਨਾਮ ਜਪ ਕੇ ਹਰੀ ਦਾ ਜੋ ਸਾਨੂੰ ਰਸ ਆਇਆ ਹੈ ਨਾ, ਉਸ ਨਾਮ ਦੇ ਰਸ ਕਰਕੇ ਅਸੀਂ ਸੰਸਾਰ ਦੇ ਇਸ ਲੋਕ ਦੇ ਪ੍ਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਹਾਂ, ਮਨ ਸਾਡਾ ਐਨ ਤ੍ਰਿਪਤ ਹੋ ਕੇ ਅਗਾਨਾ ਰੱਜ ਗਿਆ ਹੈ, ਭਾਵ ਕਿ ਤ੍ਰਿਪਤੀ ਸੰਤੁਸ਼ਟੀ ਵੀ ਆ ਗਈ ਹੈ ਅਤੇ ਹੁਣ ਸਾਨੂੰ ਰੱਜ ਵੀ ਆ ਗਿਆ ਹੈ ਜੀ। ਕਿਸੇ ਪ੍ਰਕਾਰ ਇਹ ਪਿਆਰੇ ਜੀ ਸੰਸਾਰ ਦੇ ਪਦਾਰਥਾਂ ਦੀ ਖਾਹਿਸ਼ ਕੋਈ ਭੁੱਖ ਕੋਈ ਇੱਛਾ ਰਹਿ ਹੀ ਨਹੀਂ ਗਈ ਨਾਮ ਦਾ ਸਦਕਾ। ਹੁਣ ਮਾਜ ਮਹੱਲਾ ਪੰਜਵਾ, ਗੁਰੂ ਅਰਜਨ ਦੇਵ ਮਹਾਰਾਜ ਇਹਦੇ ਵਿੱਚ ਵੀ ਪਰਮੇਸ਼ਰ ਦਾ ਪ੍ਰੇਮ ਹੀ ਪ੍ਰਗਟ ਕਰ ਰਹੇ ਹਨ। ਤੂੰ ਜਲ ਨਿਧ ਹਮ ਮੀਨ ਤੁਮਾਰੇ, ਇਹਦੇ ਮਹਾਰਾਜ ਜੇ ਤੂੰ ਵਿਆਪਕ ਸਰੂਪ ਹੈ ਨਾ ਪਰਮੇਸ਼ਰ, ਕਹਿੰਦੇ ਵੀ ਜੇ ਤੂੰ ਜਲ ਨਿਧ, ਜਲ ਨਿਧ ਕੀ ਹੈ ਵੀ ਪਾਣੀ ਦਾ ਖਜ਼ਾਨਾ ਸਮੁੰਦਰ, ਮਹਾਰਾਜ ਜੇ ਆਪ ਜੀ ਸਮੁੰਦਰ ਹੋ, ਹਮ ਮੀਨ ਤੁਮਾਰੇ, ਅਸੀਂ ਮਹਾਰਾਜ ਉਸ ਪਾਣੀ ਦੇ ਵਿੱਚ ਰਹਿਣ ਵਾਲੇ ਤੁਹਾਡੇ ਸੇਵਕ ਮੀਨ ਮੱਛਦੀ ਨੇ ਆਈ ਹਾਂ ਮਹਾਰਾਜ, ਤੁਹਾਰੇ ਤੁਹਾਡੇ ਵਿੱਚ ਰਹਿਣ ਵਾਲੇ, ਭਾਵ ਕਿ ਤੁਹਾਡੇ ਨਾਲ ਪਿਆਰ ਕਰਨ ਵਾਲੇ ਹਾਂ ਪਾਤਸ਼ਾਹ ਜੀ, ਉਹ ਤੁਸੀਂ ਸਮੁੰਦਰ ਹੋ, ਜਿਵੇਂ ਸਮੁੰਦਰ 'ਚ ਪਾਣੀ ਹੁੰਦਾ ਹੈ ਇਵੇਂ ਪ੍ਰੇਮ ਰੂਪੀ ਜਲ ਦੇ ਨਾਲ ਭਰੇ ਹੋਏ ਹੋ, ਅਸੀਂ ਤੁਹਾਡੇ ਪ੍ਰੇਮ ਰੂਪੀ ਜਲ ਦੇ ਵਿੱਚ ਚੁੰਬੀਆਂ ਮਾਰਨ ਵਾਲੇ ਮੱਛਦੀ ਨੇ ਆਈ ਹੈ, ਜਿਵੇਂ ਮੱਛ ਪਾਣੀ ਤੋਂ ਬਿਨਾਂ ਨਹੀਂ ਬਚਦਾ ਸੀ ਮਹਾਰਾਜ, ਤੁਹਾਡੇ ਪਿਆਰ ਤੋਂ ਬਿਨਾਂ ਨਹੀਂ ਬਚਦੇ ਰਹਿ ਸਕਦੇ। ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ, ਜਿਵੇਂ ਪਪੀਹਾ ਸਵਾਂਤੀ ਬੂੰਦ ਨੂੰ ਲੋਚਦਾ ਰਹਿੰਦਾ ਹੈ, ਬੱਦਲਾਂ ਦੇ ਵੱਲ ਵੇਖਦਾ, ਇਸੇ ਤਰ੍ਹਾਂ ਮਹਾਰਾਜ ਤੁਸੀਂ ਬੱਦਲ ਦੀ ਨੇ ਆਈ ਹੋ, ਉਹਦੇ ਵਿੱਚ ਡਿੱਗਣ ਵਾਲੀ ਜਿਹੜੀ ਸਵਾਂਤੀ ਬੂੰਦ ਕੀ ਹੈ, ਤੇਰਾ ਨਾਮ ਬੂੰਦ, ਆਪ ਜੀ ਦਾ ਮਹਾਰਾਜ ਜਿਹੜਾ ਨਾਮ ਹੈ ਇਹ ਸਵਾਂਤੀ ਬੂੰਦ ਦੀ ਨਿਆਈ ਹੈ। ਹਮ ਚਾਤ੍ਰਿਕ ਤਿਖ ਹਾਰੇ, ਅਸੀਂ ਮਹਾਰਾਜ ਚਾਤ੍ਰਿਕ ਪਪੀਏ ਦੀ ਨਿਆਈ, ਆਪ ਜੀ ਦੇ ਨਾਮ ਰੂਪੀ ਸਵਾਂਤੀ ਬੂੰਦ ਦੇ ਪਿਆਸੇ ਹਾਂ, ਭਾਵ ਸਦਾ ਤੁਹਾਡੇ ਨਾਮ ਨੂੰ ਹੀ ਚਾਹੁੰਦੇ ਹਾਂ ਜੀ। ਤੁਮਰੀ ਆਸ ਪਿਆਸਾ ਤੁਮਰੀ, ਮਹਾਰਾਜ ਮਨ ਕਰਕੇ ਵੀ ਆਪ ਜੀ ਦੀ ਹੀ ਸਾਨੂੰ ਆਸ ਹੈ, ਅਤੇ ਸਰੀਰ ਕਰਕੇ ਵੀ ਆਪ ਜੀ ਦੇ ਹੀ ਪ੍ਰੇਮ ਦੀ ਸਾਨੂੰ ਪਿਆਸਾ ਲੱਗੀ ਹੋਈ ਹੈ, ਜਾਂ ਮਹਾਰਾਜ ਤੁਹਾਨੂੰ ਮਿਲਣ ਦੀ ਹੀ ਸਦਾ ਸਾਨੂੰ ਆਸ ਲੱਗੀ ਹੋਈ ਹੈ,
ਤੁਹਾਡੇ ਨਾਮ ਨੂੰ ਜਪਣ ਦੀ ਹੀ ਸਦਾ ਮਹਾਰਾਜ ਸਾਨੂੰ ਪਿਆਸ ਧਿਆ ਲੱਗੀ ਹੈ ਵੀ ਨਾਮ ਹੀ ਜਪਦੇ ਰਹੀਏ। ਤੁਮ ਹੀ ਸੰਗ ਮਨ ਲੀਨਾ ਜੀਓ, ਮਹਾਰਾਜ ਸਾਹਿਬ ਜੀ ਤੁਹਾਡੇ ਨਾਲ ਹੀ ਮੇਰਾ ਮਨ ਲੀਨਾ ਲੀਨ ਹੋਇਆ ਮਿਲ ਗਿਆ ਹੈ। ਤੁਹਾਡੇ ਵਿੱਚ ਹੀ ਸਾਡਾ ਮਨ, ਤੁਹਾਡੇ ਨਾਮ ਵਿੱਚ ਹੀ ਸਾਡਾ ਮਨ ਜੁੜਿਆ ਰਹਿੰਦਾ ਹੈ ਜੀ। ਹੁਣ ਤਾਂ ਜਿਉਂ ਬਾਰਿਕ ਤੀ ਖੀਰ ਅਗਾਵੈ, ਜਿਉਂ ਬਾਰਿਕ ਜਿਵੇਂ ਮਾਂ ਦੀ ਗੋਦੀ ਦਾ ਜਿਹੜਾ ਬਾਲਕ ਦੁੱਧ ਚੁੰਘਦਾ ਹੁੰਦਾ ਏ, ਜਿਵੇਂ ਉਹ ਮਾਂ ਦੇ ਅਸਥਣਾਂ ਦਾ ਦੁੱਧ ਪੀ ਕੇ ਹੀ ਅਗਾਵੇ ਰੱਜਦਾ ਹੈ। ਹੋਰ ਪਦਾਰਥ ਉਹਦੇ ਲਾਗੇ ਭਾਵੇਂ ਕੋਈ ਢੇਰ ਲਾ ਦੇਵੇ, ਹਾਂ ਉਹਨੇ ਆਪਣੀ ਮਾਤਾ ਦਾ ਦੁੱਧ ਚੁੰਘ ਕੇ ਹੀ ਰੱਜਣਾ ਹੁੰਦਾ ਹੈ ਨਾ। ਜਿਉਂ ਬਾਰਕ ਜਿਵੇਂ ਛੋਟਾ ਬੱਚਾ ਪੀ ਖੀਰ ਅਘਾਵੈ, ਖੀਰ ਤੋਂ ਭਾਵ ਦੁੱਧ ਹੈ, ਆਪਣੇ ਮਾਂ ਦਾ ਦੁੱਧ ਪੀ ਕੇ ਅਘਾਵੈ ਰੱਜ ਜਾਂਦਾ ਹੈ, ਇਸੇ ਤਰ੍ਹਾਂ ਮਹਾਰਾਜ ਜੋ ਆਪਦਾ ਹੀ ਰੂਪ ਸਤਿਗੁਰੂ ਸਾਹਿਬ ਜੀ ਹਨ ਉਹ ਸਾਡੀ ਮਾਤਾ ਦੀ ਨਿਆਈ ਹਨ। ਜੋ ਗੁਰੂ ਮਹਾਰਾਜ ਜੀ ਦਾ ਉਪਦੇਸ਼ ਹੈ ਇਹ ਐਵੇਂ ਹੀ ਹੈ ਵੀ ਜਿਵੇਂ ਦੁੱਧ ਚੁੰਘਣਾ ਹੋਵੇ ਅਤੇ ਉਹਦੇ ਵਿੱਚੋਂ ਦੁੱਧ ਕੀ ਹੈ ਜੋ ਉਪਦੇਸ਼ 'ਚੋਂ ਤੁਹਾਡੇ ਨਾਮ ਦਾ ਉਪਦੇਸ਼ ਮਿਲਦਾ ਹੈ। ਗੁਰੂ ਸਾਹਿਬ ਮਾਤਾ ਦੀ ਨਿਆਈ ਹਨ, ਸਤਿਗੁਰੂ ਸਾਹਿਬ ਦੇ ਉਪਦੇਸ਼ ਰੂਪੀ ਅਸਥਣਾਂ ਦੇ ਵਿੱਚੋਂ ਤੁਹਾਡਾ ਨਾਮ ਪ੍ਰੇਮ ਰੂਪੀ ਦੁੱਧ ਚੁੰਘ ਕੇ ਅਸੀਂ ਮਹਾਰਾਜ ਛੋਟੇ ਬੱਚਿਆਂ ਦੀ ਨਿਆਈ ਅਗਾਵੇ ਰੱਜ ਜਾਂਦੇ ਹਾਂ। ਦੁਨੀਆਂ ਦੇ ਪਦਾਰਥਾਂ ਦੀ ਖਾਹਿਸ਼ ਨਹੀਂ ਰਹਿੰਦੀ ਕੋਈ ਹੋਰ। ਜੋ ਨਿਰ ਧਨ ਧਨ ਦੇਖ ਸੁਖ ਪਾਵੈ, ਮਹਾਰਾਜ ਜਿਵੇਂ ਨਿਰ ਧਨ ਕੋਈ ਜਨਮ ਜਾਤ ਤੋਂ ਹੀ ਜਿਹੜਾ ਕੰਗਾਲ ਹੋਵੇ ਤੇ ਬਹੁਤਾ ਧਨ ਵੇਖ ਕੇ ਉਹ ਸੁਖ ਪਾਉਂਦਾ ਹੈ, ਖੁਸ਼ ਹੋ ਜਾਂਦਾ ਹੈ, ਇਵੇਂ ਮਹਾਰਾਜ ਅਸੀਂ ਆਪ ਜੀ ਦੇ ਨਾਮ ਸ਼ੁਭ ਗੁਣਾਂ ਰੂਪੀ ਧਨ ਤੋਂ ਰਹਿਤ ਹੋਣ ਕਰਕੇ ਨਿਰਧਨ ਹਾਂ। ਅਤੇ ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਨੂੰ ਸ਼ੁਭ ਗੁਣ ਨਾਮ ਦੀ ਪ੍ਰਾਪਤੀ ਹੋਈ, ਵੇਖ ਕੇ ਸੁਖ ਪਾਉਂਦੇ ਹਾਂ, ਭਾਵ ਕੇ ਨਾਮ ਜਪ ਕੇ ਹੀ ਆਨੰਦਿਤ ਹੁੰਦੇ ਹਾਂ ਜੀ। ਤ੍ਰਿਖਾਵੰਤ ਜਲ ਪੀਵਤ ਠੰਡਾ, ਜਿਵੇਂ ਗਰਮੀ ਦੀ ਰੁੱਤ ਹੋਵੇ ਕੋਈ ਬਹੁਤਾ ਪਿਆਸਾ ਹੋਵੇ ਤਾਂ ਠੰਡਾ ਪਾਣੀ ਪੀਣ ਵਿੱਚ ਉਹ ਸੁਖ ਮੰਨਦਾ ਹੈ ਨਾ। ਤ੍ਰਿਖਾਵੰਤ ਬਹੁਤਾ ਪਾਣੀ ਦਾ ਪਿਆਸਾ, ਜਲ ਪੀਵਤ ਠੰਡਾ ਠੰਡਾ ਸੀਤਲ ਜਲ ਪੀਂਦਾ ਹੈ ਜਿਵੇਂ ਤੇ ਖੁਸ਼ ਹੁੰਦਾ ਏ। ਤਿਉਂ ਹਰ ਸੰਗ ਇਹੋ ਮਨ ਭੀਨਾ ਜੀਓ, ਇਹ ਹਰੀ ਪਾਤਸ਼ਾਹ ਆਪ ਜੀ ਦੇ ਨਾਮ ਦੇ ਨਾਲ ਸਾਡਾ ਇਹ ਮਨ ਭੀਨਾ ਭਿੱਜ ਗਿਆ ਹੈ ਜੀ। ਸਾਡਾ ਮਨ ਉਸ ਵੇਲੇ ਸੁਖ ਮੰਨਦਾ ਹੈ ਜਦੋਂ ਅਸੀਂ ਆਉਂਦੇ ਜਾਂਦੇ ਸਾਹਾਂ ਨਾਲ ਤੁਹਾਡਾ ਨਾਮ ਜਪਦੇ ਹਾਂ ਜੀ। ਜਿਉਂ ਅੰਧਿਆਰੈ ਦੀਪਕ ਪ੍ਰਗਾਸਾ, ਜਿਵੇਂ ਮਹਾਰਾਜ ਹਨੇਰੇ ਦੇ ਵਿੱਚ ਦੀਵੇ ਦਾ ਪ੍ਰਗਾਸ ਕਰ ਦਈਏ, ਦੀਵਾ ਬਲ ਜਾਵੇ, ਹੁਣ ਦੇ ਸਮੇਂ ਕਹਿ ਲਓ ਜਿਵੇਂ ਬਲਬ ਬਲਨ ਦੇ ਨਾਲ ਚਾਨਣ ਹੋ ਜਾਂਦਾ ਹੈ, ਇਵੇਂ ਹੀ ਸਾਡੇ ਅੰਤਹਿ ਕਰਨ ਰੂਪੀ ਘਰ ਵਿੱਚ ਅਗਿਆਨਤਾ ਦਾ ਹਨੇਰਾ ਹੈ ਅਤੇ ਗੁਰੂ ਸਾਹਿਬ ਜੀ ਦਾ ਉਪਦੇਸ਼ ਜਦੋਂ ਹੁੰਦਾ ਏ ਤਾਂ ਮਹਾਰਾਜ ਦੇ ਉਪਦੇਸ਼ ਸਦਕਾ ਗਿਆਨ ਦਾ ਪ੍ਰਗਾਸ ਚਾਨਣ ਜੀਵ ਦੇ ਅੰਦਰ ਹੋ ਜਾਂਦਾ ਏ। ਭਰਤਾ ਚਿਤਵਤ ਪੂਰਨ ਆਸਾ, ਜਿਵੇਂ ਭਰਤਾ ਪਤੀ ਵਰਤਾ ਜਿਹੜੀ ਔਰਤ ਹੈ ਜਿਹਦਾ ਪਤੀ ਪ੍ਰਦੇਸ ਗਿਆ ਹੋਵੇ ਉਹ ਸਦਾ ਚਿਤਵਤ ਚਿਤਵਤ ਚੇਤੇ ਕਰਦੀ ਰਹਿੰਦੀ ਚਿਤਵਨੀਆਂ ਦੇ ਵਿੱਚ ਵੀ ਮੇਰਾ ਪਤੀ ਸਵਾਮੀ ਕਦੋਂ ਘਰ ਆਵੇਗਾ, ਅਤੇ ਕਹਿੰਦੇ ਜਦੋਂ ਉਹ ਪਤੀ ਵਰਤਾ ਔਰਤ ਦਾ ਸਵਾਮੀ ਪਤੀ ਘਰ ਵਿੱਚ ਆ ਜਾਵੇ ਉਹਨੂੰ ਮਿਲ ਕੇ ਉਹਦੇ ਦਰਸ਼ਨ ਕਰਕੇ ਉਹਦੀ ਪੂਰਨ ਆਸਾ ਪੂਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਉਹ ਭਰਤਾ ਚਿਤਵਤ ਆਪ ਜੀ ਸਾਡੇ ਭਰਤਾ ਦੀ ਨੇ ਆਈ ਹੋ, ਭਾਵ ਕਿ ਸਾਡੀ ਪਤੀ ਦੀ ਨੇ ਆਈ ਹੋ, ਮਾਲਕ ਹੋ ਸਾਡੇ, ਅਸੀਂ ਮਹਾਰਾਜ ਜੀ ਵਿਸਤਰੀਆਂ ਹਾਂ ਅਤੇ ਪ੍ਰਦੇਸ਼ ਕਿਹੜੇ ਗਏ ਹੋ, ਹੈ ਤਾਂ ਅੰਦਰ ਹੀ ਹੈ ਸਾਰਿਆਂ ਦੇ, ਪਰ ਮਹਾਰਾਜ ਜਿਹੜਾ ਅਨਾਤਮਕਾਰ ਬਿਰਤੀ ਹੈ ਜਿਹੜਾ ਅਸੀਂ ਆਪ ਜੀ ਨੂੰ ਸਤਵੇਂ ਪਤਾਲ ਜਾਂ ਆਕਾਸ਼ ਵਿੱਚ ਦੂਰ ਮੰਨਿਆ ਹੋਇਆ ਹੈ ਨਾ, ਇਹੀ ਤੁਹਾਡਾ ਪ੍ਰਦੇਸ਼ ਜਾਣਾ ਹੈ।
ਅਤੇ ਜਦੋਂ ਗੁਰੂ ਦੀ ਕਿਰਪਾ ਨਾਲ ਸਾਖਿਆਤਕਾਰ ਹੁੰਦੇ ਹੋ ਅੰਦਰੋਂ, ਉਸ ਵੇਲੇ ਸਾਡੀ ਆਸਾ ਪੂਰੀ ਹੋ ਜਾਂਦੀ ਤੁਹਾਡੇ ਦਰਸ਼ਨਾਂ ਦੀ। ਮਿਲ ਪ੍ਰੀਤਮ ਜਿਉ ਹੋਤ ਆਨੰਦਾ। ਤੇ ਜਿਵੇਂ ਕੋਈ ਕਿਸੇ ਦਾ ਬਹੁਤਾ ਸੱਜਣ ਪਿਆਰਾ ਹੋਵੇ, ਆਪਸ ਵਿੱਚ ਕਿਸੇ ਦੀ ਬਹੁਤ ਪ੍ਰੀਤ ਹੋਵੇ, ਪ੍ਰੇਮ ਹੋਵੇ, ਤੇ ਵਿਛੜੇ ਹੋਣ ਬੜੇ ਲੰਮੇ ਸਮੇਂ ਤੋਂ, ਮਿਲ ਪ੍ਰੀਤਮ, ਜਿਵੇਂ ਆਪਣੇ ਪ੍ਰੀਤਮ ਪਿਆਰੇ ਸੱਜਣ ਨੂੰ ਮਿਲ ਕਰਕੇ, ਮਿਲ ਪ੍ਰੀਤਮ ਜਿਉ ਹੋਤ ਆਨੰਦਾ। ਕਹਿੰਦੇ ਵੀ ਪ੍ਰੇਮੀ ਨੂੰ ਆਪਣੇ ਸੱਜਣ ਨਾਲ ਮਿਲ ਕੇ ਜਿਸ ਪ੍ਰਕਾਰ ਆਨੰਦ ਹੁੰਦਾ, ਮਹਾਰਾਜ ਖੇੜਾ ਹੁੰਦਾ ਏ। ਤਿਉਂ ਹਰ ਰੰਗ ਮਨ ਰੰਗੀਨਾ ਜੀਓ। ਤਿਉਂ ਇਹ ਹਰੀ ਪਾਤਸ਼ਾਹ ਜੀ ਜਿਹੜਾ ਸਾਡਾ ਮਨ ਹੈ ਨਾ, ਆਪ ਜੀ ਦੇ ਰੰਗ ਆਨੰਦ ਦੇ ਵਿੱਚ ਰੰਗੀਨਾ ਰੰਗਿਆ ਗਿਆ ਹੈ, ਆਪ ਜੀ ਦਾ ਪ੍ਰੇਮ ਰੰਗ ਸਾਨੂੰ ਚੜਿਆ ਹੋਇਆ ਹੈ, ਸਵਾਸ ਸਵਾਸ ਤੁਹਾਡਾ ਹੀ ਨਾਮ ਚੇਤੇ ਕਰਦੇ ਹਾਂ ਜੀ। ਸੰਤਨ ਇਹ ਜਾਂ ਪਿਛਲੇ ਕਹਿ ਲਓ ਵੀ ਦ੍ਰਿਸ਼ਟਾਂਤ ਨੇ, ਵੀ ਜਿਵੇਂ ਦੀਵਾ ਬਾਲਿਆ ਹਨੇਰਾ ਚੱਕਿਆ ਜਾਂਦਾ, ਜਿਵੇਂ ਪਤੀ ਵਰਤਾ ਔਰਤ ਆਪਣੇ ਭਰਤੇ ਨੂੰ ਚੇਤੇ ਕਰਦੀ ਪ੍ਰਦੇਸ਼ ਗਏ ਨੂੰ, ਉਹ ਮਿਲਿਆ ਉਹਦੀ ਆਸ ਪੂਰੀ ਹੋ ਜਾਂਦੀ ਹੈ। ਜਿਵੇਂ ਕੋਈ ਸੱਜਣ ਦਾ ਕੋਈ ਸੱਜਣ ਵਿਛੜਿਆ ਹੋਵੇ ਉਹ ਮਿਲ ਪਵੇ, ਜਿਵੇਂ ਉਹਨਾਂ ਨੂੰ ਖੇੜਾ ਆਨੰਦ ਹੁੰਦਾ ਹੈ ਨਾ, ਇਸੇ ਪ੍ਰਕਾਰ ਮਹਾਰਾਜ ਸਾਡਾ ਮਨ ਜਿਹੜਾ ਆਪਦੇ ਆਨੰਦ ਵਿੱਚ ਰੰਗਿਆ ਹੋਇਆ ਤੇ ਨਾਮ ਜਪ ਕੇ ਸਾਨੂੰ ਖੇੜਾ ਆਉਂਦਾ ਹੈ ਜੀ। ਸੰਤਨ ਮੋਕਾ ਹਰ ਮਾਰਗ ਪਾਇਆ। ਸੰਤਨ ਸੰਤ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਹਰੀ ਪਰਮੇਸ਼ਰ ਦੇ ਭਗਤੀ ਰੂਪੀ ਮਾਰਗ ਤੇ ਪਾ ਦਿੱਤਾ, ਭਾਵ ਬੰਦਗੀ ਕਰਨ ਵਿੱਚ ਲਾ ਦਿੱਤਾ ਹੈ। ਸਾਧ ਕਿਰਪਾਲ ਹਰ ਸੰਗ ਗਿਝਾਇਆ। ਸਾਧ ਗੁਰੂ ਸਾਧੂ ਗੁਰੂ ਰਾਮਦਾਸ ਸਾਹਿਬ ਜੀ ਕਿਰਪਾਲੂ ਹੋਏ ਤਾਂ ਉਹਨਾਂ ਨੇ ਸਾਨੂੰ ਹਰੀ ਪਰਮੇਸ਼ਰ ਦੇ ਸੰਗ ਭਾਵ ਉਹਦੇ ਨਾਲ ਗਿਝਾਇਆ, ਗਿਝਾ ਦਿੱਤਾ, ਸਾਡਾ ਮਨ ਉਸ ਮਾਲਕ ਦੇ ਨਾਮ ਨੂੰ ਜਪਣ ਵਿੱਚ ਜੋੜ ਦਿੱਤਾ ਹੈ, ਹੁਣ ਗਿੱਝ ਗਿਆ ਹੈ, ਆਦਤ ਹੀ ਪੈ ਗਈ ਹੈ ਵੀ ਨਾਮ ਜਪਣਾ ਹੈ। ਹਰ ਹਮਰਾ ਹਮ ਹਰ ਕੇ ਦਾਸੇ। ਹੁਣ ਐਸੀ ਅਵਸਥਾ ਬਣ ਗਈ ਹੈ ਵੀ ਹਰ ਹਮਰਾ, ਹਰੀ ਪਰਮੇਸ਼ਰ ਸਾਡਾ ਸਵਾਮੀ ਹੈ, ਹਮ ਹਰ ਕੇ ਦਾਸੇ, ਤੇ ਅਸੀਂ ਉਸ ਵਾਹਿਗੁਰੂ ਦੇ ਦਾਸ ਸੇਵਕਨ ਮਾਣੇ ਜੇ। ਨਾਨਕ ਸ਼ਬਦ ਗੁਰੂ ਸਾਚੂ ਦੀਨਾ ਜੀਓ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਉਹ ਸੱਚ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲਾ ਸੱਚਾ ਸ਼ਬਦ ਕੀ ਹੈ ਉਪਦੇਸ਼ ਦੀਨਾ ਜੀ ਉਹ ਦੇਣਾ ਕੀਤਾ ਹੈ ਜੀ, ਵੀ ਇਹ ਉਪਦੇਸ਼ ਹੈ, ਕੀ ਉਪਦੇਸ਼ ਹੈ ਵੀ ਜੇ ਤੁਸੀਂ ਆਪਣੀ ਕਲਿਆਣ ਚਾਹੁੰਦੇ ਹੋ ਤਾਂ ਸਦਾ ਹੀ ਆਖੋ ਵਾਹਿਗੁਰੂ 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 ਵਾਹਿ
ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਪੰਜਵੇਂ ਸਤਿਗੁਰੂ ਜੀ ਕਹਿੰਦੇ ਆਪਣਾ ਸੱਚਾ ਜੋ ਗੁਰੂ ਸਾਹਿਬ ਨੇ ਸ਼ਬਦ ਰੂਪੀ ਉਪਦੇਸ਼ ਬਖਸ਼ ਦਿੱਤਾ ਹੈ ਜਿਸ ਦਾ ਸਦਕਾ ਸਾਡਾ ਮਾਲਕ ਵਾਹਿਗੁਰੂ ਬਣ ਗਿਆ ਅਤੇ ਅਸੀਂ ਵਾਹਿਗੁਰੂ ਦੇ ਦਾਸ ਬਣ ਗਏ ਹਾਂ। ਪਰਮੇਸ਼ਰ ਨਾਲ ਪ੍ਰੇਮ ਦੇ ਇਹ ਬਚਨ ਕਹੇ ਨੇ ਜੋ ਆਪਾਂ ਸ਼ਬਦ ਸਰਵਣ ਕੀਤੇ ਨੇ, ਵਾਹਿਗੁਰੂ ਨਾਲ ਪ੍ਰੇਮ ਜਣਾਇਆ ਹੈ, ਵਾਹਿਗੁਰੂ ਦਾ ਹੁਕਮ ਜਣਾਇਆ ਵੀ ਨਾਮ ਜਪਣਾ ਹੀ ਹੁਕਮ ਹੈ, ਪ੍ਰੇਮ ਦੀਆਂ ਖੇਡਾਂ ਵਾਹਿਗੁਰੂ ਨਾਲ ਪਿਆਰੇ ਖੇਡਦੇ ਨੇ, ਵਾਹਿਗੁਰੂ ਸੰਤਾਂ ਦਾ ਹੈ ਪਿਆਰਾ, ਸੰਤ ਵਾਹਿਗੁਰੂ ਦੇ ਪਿਆਰੇ ਹਨ ਅਤੇ ਉਹਨਾਂ ਸੰਤ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਕਹਿੰਦੇ ਵੀ ਅਸੀਂ ਵੀ ਵਾਹਿਗੁਰੂ ਨਾਲ ਇੱਕਮਿੱਕ ਹੋ ਗਏ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨ ਇਹ ਮਹਾਰਾਜ ਦਾ ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਵੀ ਵਸੇ ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਮਨੁੱਖਾ ਜਨਮ ਵਿੱਚ ਆਉਣ ਦਾ ਆਪਣੇ ਆਪ ਨੂੰ ਮਨੁੱਖ ਕਹਾਉਣ ਦਾ ਜਿਹੜਾ ਮਨੋਰਥ ਹੈ ਉਹ ਸਾਡਾ ਪੂਰਾ ਹੋਵੇ। ਪਸ਼ੂਆਂ ਡੰਗਰਾਂ ਵਾਲੀਆਂ ਆਦਤਾਂ ਹੈ ਨਾ ਸਾਡੇ 'ਚ ਮਨੁੱਖ ਹੁੰਦਿਆਂ ਵੀ, ਕਰਤੂਤ ਪਸ਼ੂ ਕੀ ਮਾਨਸ ਜਾਤ, ਪਰ ਮਹਾਰਾਜ ਅਸਲ ਵਿੱਚ ਅਸੀਂ ਮਨੁੱਖਾਂ ਵਾਲੇ ਕੰਮ ਕਰੀਏ, ਅਸਲ ਵਿੱਚ ਮਨੁੱਖ ਬਣ ਜਾਈਏ, ਇਹ ਸਾਡੇ ਸਾਰਿਆਂ 'ਤੇ ਕਿਰਪਾ ਕਰੋ। ਇਹ ਗੁਰੂ ਦੇ ਕੋਲ ਸਾਰੇ ਆਪਾਂ ਦਾਤ ਜ਼ਰੂਰ ਮੰਗਿਆ ਕਰੋ। ਅਰਦਾਸ ਕਰਨਾ ਜਿਹੜਾ ਹੈ ਇਹ ਹਰ ਇੱਕ ਸਿੱਖ ਦਾ ਫਰਜ਼ ਹੈ, ਬੇਨਤੀ ਕਰ ਲੈਣੀ ਚਾਹੀਦੀ ਹੈ, ਮਹਾਰਾਜ ਸਾਡਾ ਕਾਰਜ ਰਾਸ ਕਰਦੇ ਹੋ। ਅਤੇ ਗੁਰੂ ਗਰੀਬ ਨਿਵਾਸ ਸਾਹਿਬ ਸਦਾ ਹੀ ਬਖਸ਼ਿਸ਼ਾਂ ਕਰਨ ਹਾਰ ਹਨ, ਰਹਿਮਤਾਂ ਕਰਨ ਹਾਰ ਨੇ, ਰਹਿਮਤਾਂ ਕਰਦੇ ਨੇ, ਗਰੀਬਾਂ ਨੂੰ ਨਿਵਾਜਦੇ ਨੇ। ਗਰੀਬ ਇੱਥੇ ਇਕੱਲਾ ਪੈਸੇ ਵਾਲਾ ਗਰੀਬ ਨਹੀਂ, ਜਿਹੜਾ ਗਰੀਬ ਬਣ ਕੇ ਗੁਰੂ ਅੱਗੇ ਰਹਿੰਦਾ ਹੈ, ਜਿਹੜਾ ਨਿਮਾਣਾ ਬਣ ਕੇ ਰਹਿੰਦਾ ਉਹਨੂੰ ਨਿਵਾਜ ਦਿੰਦੇ, ਫਿਰ ਵੜਿਆ ਦਿੰਦੇ ਨੇ ਮਹਾਰਾਜ। ਜਿਹੜਾ ਹਉਮੈ ਹੰਕਾਰ ਰੱਖਦਾ ਹੈ ਫਿਰ ਉਹਦੇ ਵੱਲ ਨਹੀਂ ਪ੍ਰੇਮ ਦੀ ਨਿਗਾਹ ਹੁੰਦੀ, ਉਹ ਆਕੜਿਆ ਹੀ ਰਹਿੰਦਾ ਹੈ। ਅਤੇ ਜਿਨ੍ਹਾਂ ਦੇ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਉਹ ਨਿਹਾਲ ਹੋ ਜਾਂਦੇ ਨੇ। ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ ਨੇ, ਸਤਿਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਇੱਕ ਬੇਨਤੀ ਹੈ ਸੰਗਤਾਂ ਨੂੰ ਵੀ ਜੋ ਦਿੱਲੀ ਵਿੱਚ ਜੋ ਸਿੱਖ ਪਿਆਰੇ, ਜੋ ਕਿਸਾਨ ਭਾਈ ਮਜ਼ਦੂਰ ਭਰਾ ਸੰਘਰਸ਼ ਕਰ ਰਹੇ ਨੇ ਉਹਦੇ ਵਿੱਚ ਸਾਧ ਸੰਗਤ 50 ਤੋਂ ਜ਼ਿਆਦਾ ਇਸ ਕਾਰਜ ਵਿੱਚ ਸਰੀਰ ਜਿਹੜੇ ਹਨ ਉਹ ਵਿਛੜ ਚੁੱਕੇ ਹਨ, ਅਤੇ ਆਪ ਜੀ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਵਾਸਤੇ ਇੱਕ ਇੱਕ ਚੌਪਈ ਸਾਹਿਬ ਦਾ ਪਾਠ ਜ਼ਰੂਰ ਆਪਣੇ ਨਿਤਨੇਮ ਤੋਂ ਵੱਖਰਾ ਜਿਹੜਾ ਹੈ ਨਾ ਕੱਲ ਨੂੰ ਕਰਕੇ ਅਤੇ ਅਰਦਾਸ ਨਾਲ ਕਰਨੀ ਹੈ ਵੀ ਮਹਾਰਾਜ ਉਹ ਕਾਰਜ ਰਾਸ ਹੋਣ, ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਹੀ ਕੰਮ ਨੇਪਰੇ ਚੜ੍ਹਨੇ ਹਨ। ਅਤੇ ਬਹੁਤ ਕੀਮਤੀ ਜਾਨਾਂ ਨੇ, ਹੁਕਮ ਤਾਂ ਮਾਲਕ ਦਾ ਹੀ ਹੈ, ਬਹਾਨਾ ਵੀ ਪਰਮੇਸ਼ਰ ਇੱਦਾਂ ਹੀ ਬਣਾਉਂਦੇ ਨੇ, ਪਰ ਆਪਣਾ ਫਰਜ਼ ਜਿਹੜਾ ਬਣਦਾ ਏ ਵੀ ਉਹਨਾਂ ਦੇ ਪ੍ਰਤੀ ਆਪਾਂ ਸ਼ਰਧਾ, ਆਪਣਾ ਪ੍ਰੇਮ, ਆਪਣਾ ਵਿਸ਼ਵਾਸ ਵਿਖਾਉਂਦੇ ਹੋਏ ਇੱਕ ਇੱਕ ਚੌਪਈ ਸਾਹਿਬ ਦਾ ਪਾਠ, ਜਿਹੜੇ ਜਿੰਨੇ ਵੀ ਗੁਰ ਸਿਖਾਉਂਦੇ ਹੋ ਤੁਸੀਂ ਨਿੱਤ ਜਿੱਥੇ ਵੀ ਕੋਈ ਸੇਵਾ ਕਰ ਰਹੇ ਹੋ ਉਹ ਜ਼ਰੂਰ ਉਹਨਾਂ ਦੇ ਨਿਮਿੱਤ ਕਰਕੇ
ਅਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਨੂੰ ਕਹਿਣਾ, ਕਿਉਂਕਿ ਜੋ ਸੰਗਤੀ ਅਰਦਾਸ ਕਰਦੀ ਹੈ, ਜਦੋਂ ਸੰਗਤ ਬੇਨਤੀ ਕਰਦੀ ਹੈ ਨਾ, ਉਸ ਵੇਲੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਕੋਈ ਆਪਾਂ ਵੀ ਇੱਥੇ ਯਤਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜੋ ਉਹਨਾਂ ਦੇ ਵਾਸਤੇ ਵਿਸ਼ੇਸ਼ ਕੋਈ ਸਿਮਰਨ, ਕੋਈ ਅਭਿਆਸ ਕੁਝ ਸਮਾਂ ਵੱਧ ਕੇ ਕੀਤਾ ਜਾ ਸਕੇ, ਕੋਈ 15 ਮਿੰਟ ਉਹਨਾਂ ਦੇ ਨਿਮਿੱਤੀ ਸਿਮਰਨ ਅਭਿਆਸ ਕਰੀਏ ਆਪਾਂ, ਮਹਾਰਾਜ ਕੋਈ ਐਸੀ ਸਾਨੂੰ ਸੋਝੀ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਾਚੂ ਦੀਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।